ਗੁੱਡ ਮੋਰਨਿੰਗ ਸੋਹਣਿਓ, ਗੁੱਡ ਮੋਰਨਿੰਗ ਲਓ ਵੀ ਸੋਹਣਿਓ, ਮੋਰਨਿੰਗ ਹੋ ਗਈ ਹੈ। ਅੱਜ 2 ਡਿਗਰੀ ਟੈਂਪਰੇਚਰ ਹੈ ਅਤੇ ਮੈਂ ਬਿਲਕੁਲ ਬਾਹਰ ਨਹੀਂ ਜਾ ਰਹੀ ਹਾਂ, ਅੱਜ ਅੰਦਰ ਹੀ ਬੈਠ ਕੇ ਨਾ ਟੇਬਲ 'ਤੇ ਤੁਹਾਨੂੰ ਅਸੀਂ ਗੁੱਡ ਮੋਰਨਿੰਗ ਕਰਨੇ ਹਾਂ। ਸੋਹਣੇ ਸੋਹਣੇ ਦੋ ਜਿਹੜੇ ਨਾ ਅਸੀਂ ਅੰਡੇ ਬੋਇਲ ਕਰ ਲਏ ਨੇ ਅਤੇ ਨਾਲ ਚਾਹ ਦਾ ਕੱਪ ਬਣ ਗਿਆ ਵੇ, ਅਤੇ ਨਾਲ ਜੀ ਇਹ ਕੀ ਹੈ, ਪੀਜ਼ਾ ਪਿਆ ਵੇ। ਇਹ ਤਾਂ ਖੈਰ ਮੈਂ ਨਹੀਂ ਖਾਵਾਂਗੀ, ਕਿਸੇ ਸੂਰਤ ਨਹੀਂ ਖਾਏਂਗੇ। ਅਤੇ ਖੁਮਾਸ਼ ਸਾਹਿਬ ਅਗਰ ਲੰਡਨ ਤੋਂ ਆਉਣ ਤਾਂ ਔਰ ਸਾਡੇ ਘਰ ਬਾਹਰ ਤੱਕ ਚੀਜ਼ਾਂ ਨਾ ਆਉਣੇ ਹੋ ਨਹੀਂ ਸਕਦਾ। ਅਤੇ ਖੁਮਾਸ਼ ਲੈ ਕੇ ਆ ਗਿਆ ਸੀ, ਕੱਲ੍ਹ ਆਇਆ ਸੀ ਅਤੇ ਉੱਥੇ ਹੀ ਪਿਆ, ਮੇਰੇ ਵਾਸਤੇ ਪੀਜ਼ਾ ਦਾ ਪੀਸ ਵੀ ਲੈ ਕੇ ਆ ਗਿਆ ਸੀ। ਮੈਨੂੰ ਯੂਸਫ ਬਹੁਤ ਯਾਦ ਆ ਗਿਆ, ਯੂਸਫ ਇੱਥੇ ਦਾ ਪੀਜ਼ਾ ਬੜੇ ਸ਼ੌਕ ਨਾਲ ਖਾਂਦਾ ਅਤੇ ਜਦੋਂ ਵੀ ਆਉਂਦਾ ਨਾ, ਇਸ ਦਫ਼ਾ ਵੀ ਆਇਆ ਸੀ ਤਾਂ ਉਹਨੇ ਬਹੁਤ ਖਾਧਾ, ਲੇਕਿਨ ਬਸ ਮੈਂ ਤਾਂ ਖਾਧਾ ਨਹੀਂ, ਇਸ ਤਰ੍ਹਾਂ ਹੀ ਪਿਆ ਵੀ, ਕਿਉਂਕਿ ਮੈਨੂੰ ਪੀਜ਼ਾ ਕੋ ਬਹੁਤ ਜ਼ਿਆਦਾ ਪਸੰਦ ਨਹੀਂ ਹੈ, ਮੈਂ ਨਹੀਂ ਖਾਂਦੀ ਹਾਂ। ਲੇਕਿਨ ਇਹ ਵੇ ਕਿ ਇਹ ਜਿਹੜਾ ਮਿੱਠਾ ਆਇਆ ਨਾ, ਇਹ ਬੜਾ ਅੱਛਾ ਪਿਆ ਲੱਗਦਾ ਵੇ, ਅਤੇ ਇਹਨੂੰ ਅਸੀਂ ਟਰਾਈ ਕਰਾਂਗੇ। ਥੋੜ੍ਹਾ ਜਿਹਾ ਮੈਂ ਛੁਰੀ ਲੈ ਕੇ ਆ ਗਈ ਹਾਂ, ਅਸੀਂ ਇੱਥੇ ਥੋੜ੍ਹੀ ਜਿਹੀ ਛੁਰੀ ਚਲਾਵਾਂਗੇ ਅਤੇ ਇਹਦਾ ਇੱਕ ਪੀਸ ਇਸ ਤਰ੍ਹਾਂ ਕਰਕੇ ਨਾ ਛੁਰੀ ਦੇ ਨਾਲ ਅਸੀਂ ਕੱਟ ਲਵਾਂਗੇ, ਅਤੇ ਫਿਰ ਅਸੀਂ ਨਾਸ਼ਤਾ, ਭਰਪੂਰ ਨਾਸ਼ਤਾ ਕਰਾਂਗੇ ਕਿ ਅੰਡੇ ਅਤੇ ਨਾਲ ਸੋਹਣਾ ਸੋਹਣਾ ਮਿੱਠਾ। ਇਹ ਮੈਨੂੰ ਬਹੁਤ ਅੱਛਾ ਲੱਗਦਾ, ਮੈਂ ਪਹਿਲੇ ਵੀ ਖਾਧਾ ਹੋਇਆ, ਪਰ ਇਹ ਕਿ ਉਹ ਸ਼ਮਾ ਦੇ ਕਹਿਣ ਮੰਗਰ ਕਿ ਵੇਟ ਇਸ਼ੂ ਇੰਨੇ ਜ਼ਿਆਦਾ ਨੇ, ਪਰ ਐਵੇਂ ਕਿ ਕੋਈ ਗੱਲ ਨਹੀਂ, ਹੁਣ ਕਦੀ ਕਦੀ ਤਾਂ ਬੰਦਾ ਖਾ ਲਵੇ। ਉਹ ਕਹਿੰਦੇ ਨੇ ਖਾਂਦਾ ਪੀਂਦਾ ਦੁਨੀਆ 'ਚ ਜਾਵੇ ਤਾਂ ਸਹੀ ਗੱਲ ਹੈ, ਭੁੱਖੇ ਭੁੱਖੇ ਹੀ ਚਲੇ ਜਾਓ ਤਾਂ ਫਾਇਦਾ ਕੀ। ਅਤੇ ਅਸੀਂ ਜਦੋਂ ਛੋਟੇ ਹੁੰਦੇ ਸਨ, ਬੜਾ ਪੁਰਤਕੱਲਫ ਜਿਹਾ ਅੱਜ ਨਾਸ਼ਤਾ ਲੱਗ ਰਿਹਾ, ਇੰਨੀਆਂ ਛਾਵਾਂ ਸਾਹਮਣੇ ਪਈਆਂ ਨੇ। ਅਸੀਂ ਜਦੋਂ ਛੋਟੇ ਹੁੰਦੇ ਸਨ, ਖਬਰਾਂ ਵਿੱਚ ਸੁਣਨੇ ਹੁੰਦੇ ਸਨ, ਕੋਈ ਸਰਬਰਾਹਾਂ ਨੇ ਮਮਲਿਕਤ ਆਉਂਦੇ ਹੁੰਦੇ ਸਨ ਨਾ, ਤੋ ਖਬਰਾਂ ਵਾਲਾ ਕਹਿੰਦਾ ਹੁੰਦਾ ਸੀ, ਹੁਣ ਸਰਬਰਾਹੇ ਮਮਲਿਕਤ ਕੇ ਏਜ਼ਾਜ਼ ਮੇ ਪੁਰਤਕੱਲਫ ਇਸ਼ਾਈਆ ਦੀ ਆ। ਅਸੀਂ ਬੜੇ ਹੈਰਾਨ ਹੁੰਦੇ ਹੁੰਦੇ ਸਾਂ, ਸਿਰੇ ਯਾਲਾ ਇਹ ਕੀ ਚੀਜ਼ ਹੈ ਪੁਰਤਕੱਲਫ ਇਸ਼ਾਈਆ, ਅਤੇ ਅਸੀਂ ਫਿਰ ਅੱਬੂ ਕੋਲੋਂ ਪੁੱਛਣਾ ਕਿ ਅੱਬੂ ਜੀ ਇਹ ਪੁਰਤਕੱਲਫ ਇਸ਼ਾਈਆ ਕੀ ਹੁੰਦਾ ਜਿਹੜਾ ਉਹਨਾਂ ਨੂੰ ਦਿੰਦੇ ਨੇ। ਅੱਬੂ ਨੇ ਕਹਿਣਾ ਉਹ ਰੋਟੀ ਖਵਾਉਂਦੇ ਨੇ ਰਾਤ ਦੀ ਉਹਨਾਂ ਨੂੰ। ਅਸੀਂ ਕਹਿੰਦੇ ਲਓ ਬਈ, ਅੱਛਾ ਰੋਟੀ ਖਵਾਉਂਦੇ ਨੇ ਸੀ ਬਹੁਤ ਛੋਟੇ ਦਾ, ਉਹਨੂੰ ਵੀ ਪੁਰਤਕੱਲਫ ਇਸ਼ਾਈਆ ਦਾ ਨਾਂ ਦਿੱਤਾ। ਅਤੇ ਹੁਣ ਆਪਣੀ ਨਾ ਬੇਵਕੂਫੀਆਂ 'ਤੇ ਹੱਸੀ ਆਉਂਦੀ ਹੈ ਕਿ ਅਸੀਂ ਅੱਬੂ ਕੋਲ ਕਿਹੜੇ ਕਿਹੜੇ ਸਵਾਲ ਕਰਦੇ ਹੁੰਦੇ ਸਾਂ। ਚਲੋ ਵੀ ਅੱਜ ਪੁਰਤਕੱਲਫ ਨਾਸ਼ਤਾ ਅਸੀਂ ਕਰਨ ਲੱਗੇ ਹਾਂ। ਨਾਸ਼ਤੇ ਤੋਂ ਬਾਅਦ ਵਾਰੀ ਆ ਗਈ ਹੈ ਜੀ ਖਾਣਾ ਪਕਾਉਣ ਦੀ, ਅਤੇ ਅੱਜ ਮੈਂ ਬਣਾ ਰਹੀ ਹਾਂ ਬੰਦ ਗੋਭੀ। ਇਹਦੇ ਲਈ ਮੈਂ ਪਿਆਜ਼, ਟਮਾਟਰ, ਹਰੀ ਮਿਰਚ, ਧਨੀਆ ਕੱਟ ਕੇ ਰੱਖ ਲਿਆ। ਇਹ ਮੈਂ ਸੋਹਣਾ ਸੋਹਣਾ ਖਰਬੂਜ਼ਾ ਕੱਟਿਆ, ਖਰਬੂਜ਼ਾ ਬੜਾ ਹੀ ਮਿੱਠਾ ਨਿਕਲਿਆ ਵੀ ਅੱਜ ਦਾ। ਅਤੇ ਨਾਲ ਇਹਦੇ ਵਿੱਚ ਜਾਣਗੇ ਬੋਇਲ ਐੱਗ, ਅਤੇ ਇਹ ਮੈਂ ਰੈਸਪੀ ਫਸਟ ਟਾਈਮ ਟਰਾਈ ਕਰ ਰਹੀ ਹਾਂ। ਜਦੋਂ ਅਸੀਂ ਦੂਸਰਿਆਂ ਨੂੰ ਕਹਿੰਦੇ ਹਾਂ ਵੀ ਸਾਡੀ ਰੈਸਪੀ ਬੜੀ ਚੰਗੀ ਹੈ, ਤੁਸੀਂ ਪੁਰਾਣੇ ਲੈਫਟ ਓਵਰ ਟਰਾਈ ਕਰਿਓ, ਅਤੇ ਇਸ ਤਰ੍ਹਾਂ ਫਿਰ ਦੂਸਰੇ ਵੀ ਜਦੋਂ ਆਪਣੀ ਤਾਰੀਫਾਂ ਕਰਦੇ ਨੇ ਨਾ, ਅਤੇ ਫਿਰ ਦਿਲ ਕਰਦਾ ਕਿ ਅਸੀਂ ਉਸ ਚੀਜ਼ ਨੂੰ ਟਰਾਈ ਕਰੀਏ। ਮੇਰੀ ਅਮੈਰੀਕਾ ਜਿਹੜੇ ਸਿਸਟਰ ਹੁੰਦੇ ਨੇ ਉਹ ਬਣਾਉਂਦੇ ਨੇ ਬੰਦ ਗੋਭੀ ਔਰ ਅੰਡੇ ਦਾ ਸਾਲਣ, ਤੋਂ ਕਈ ਦਫ਼ਾ ਜ਼ਿਕਰ ਆਉਂਦਾ ਵੇ ਅਤੇ ਮੈਂ ਬੜੀ ਹੈਰਾਨ ਹੁੰਦੀ ਹਾਂ ਕਿ ਵੀ ਤੁਸੀਂ ਬਣਾਉਂਦੇ ਹੋ, ਕਿਸ ਤਰ੍ਹਾਂ ਬਣਾਉਂਦੇ ਹੋ। ਤਾਂ ਉਹਨਾਂ ਨੇ ਫਿਰ ਮੈਨੂੰ ਦੱਸਿਆ ਕਿ ਵੀ ਸਾਦੀ ਗੋਭੀ ਭੁੰਨ ਕੇ ਅਤੇ ਅੰਡੇ ਬੋਇਲ ਕਰਕੇ ਪਾ ਦੇਣੇ ਨੇ, ਕੋਈ ਮੁਸ਼ਕਿਲ ਨਹੀਂ। ਅਤੇ ਅੱਜ ਮੈਂ ਫਸਟ ਟਾਈਮ ਮੈਂ ਬਣਾ ਰਹੀ ਹਾਂ, ਅਤੇ ਚਲੋ ਅਸੀਂ ਟਰਾਈ ਕਰਦੇ ਹਾਂ ਕਿ ਕੈਸੀ ਬਣਦੀ ਹਾਂਡੀ। ਚੁੱਲ੍ਹਾ ਅਸੀਂ ਬਾਲ ਲਿਆ ਵੇ ਅਤੇ ਨਾਲ ਅਸੀਂ ਪਾ ਦੇਵਾਂਗੇ ਓਇਲ। ਓਇਲ ਤਾਂ ਸਾਰੇ ਜਿਹੜਾ ਵੀ ਤੁਸੀਂ ਇਸਤੇਮਾਲ ਕਰਦੇ ਹੋ ਉਹ ਪਾਓਗੇ। ਇੰਨਾ ਅੱਛਾ ਅੱਜ ਬਾਹਰ ਦਾ ਮੌਸਮ ਹੋ ਰਿਹਾ ਨਾ ਕਿ ਬਸ ਬਈ ਬਾਰਿਸ਼ ਔਰ ਠੰਡੀਆਂ ਹਵਾਵਾਂ ਅਤੇ ਬਈ ਬੜੇ ਤੂਫਾਨ ਆਇਆ ਹੋਇਆ ਵੇ, ਅਤੇ ਬਹੁਤ ਹੀ ਜ਼ਬਰਦਸਤ ਕਿ ਠੰਡ ਜਿਹੜੀ ਹੈ ਖਾਸੀ ਗੱਜ ਵੱਜ ਕੇ ਆ ਗਈ ਹੈ। ਅਤੇ ਨਾਲ ਹੀ ਅਸੀਂ ਇਹਦੇ ਵਿੱਚ ਪਾ ਦੇਵਾਂਗੇ ਜਿਹੜੇ ਅਸੀਂ ਪਿਆਜ਼ ਕੱਟੇ ਸਨ ਆਪਣੇ, ਉਹਨਾਂ ਨੂੰ ਸ਼ਾਮਿਲ ਕਰ ਦਾਂਗੇ।
ਤੇਰੇ ਨਾਂ ਦਾ ਜ਼ਾਇਕਾ ਇੰਜ ਸੱਜਣਾ ਮੇਰੀ ਮਾਂ ਦੇ ਹੱਥ ਦੀ ਚਾਹ ਵਰਗਾ, ਤੈਨੂੰ ਭੁੱਲੀਏ ਵੀ ਤੇ ਕਿੰਜ ਭੁੱਲੀਏ, ਤੈਨੂੰ ਭੁੱਲੀਏ ਵੀ ਤੇ ਕਿੰਜ ਭੁੱਲੀਏ, ਤੂੰ ਆਉਂਦੇ ਜਾਂਦੇ ਸਾਂ ਵਰਗਾ। ਮਾਇਆ ਵੇ ਵੀ ਗੱਲ ਸੁਣ, ਮਾਇਆ ਵੇ ਮਾਇਆ ਵੇ ਵੀ ਗੱਲ ਸੁਣ, ਮਾਇਆ ਵੇ ਤੂੰ ਸੁਬਹ ਦੀ ਪਹਿਲੀ ਹਵਾ ਵਰਗਾ, ਮੇਰੇ ਪਿੰਡ ਨੂੰ ਜਾਂਦੀ ਰਾਹ ਵਰਗਾ, ਤੈਨੂੰ ਭੁੱਲੀਏ ਵੀ ਤੇ ਕਿੰਜ ਭੁੱਲੀਏ, ਤੂੰ ਆਉਂਦੇ ਜਾਂਦੇ ਸਾਂ ਵਰਗਾ। ਮਾਇਆ ਵੇ ਉਹ ਗੱਲ ਸੁਣ, ਮਾਇਆ ਵੇ ਤੇ ਗੱਲ ਸੁਣ ਮਾਇਆ। ਤੇ ਅਸੀਂ ਪਾ ਦਿੱਤੇ ਨੇ ਜਿਹੜੇ ਪਿਆਜ਼, ਤੇ ਪਿਆਜ਼ ਜਿਹੜੇ ਨਾ ਫਰਾਈ ਹੋਣੇ ਸ਼ੁਰੂ ਹੋ ਗਏ ਨੇ, ਤੇ ਨਾਲੋ ਨਾਲ ਅਸੀਂ ਇਹਨਾਂ ਨੂੰ ਥੋੜ੍ਹਾ ਥੋੜ੍ਹਾ ਹਿਲਾਉਂਦੇ ਜਾ ਰਹੇ ਹਾਂ। ਅੱਗ ਮੈਂ ਥੋੜ੍ਹੀ ਹਲਕੀ ਕਰ ਦਿੱਤੀ ਹੈ, ਇਹ ਸਟੀਲ ਦਾ ਜਿਹੜਾ ਬਰਤਨ ਹੈ ਨਾ, ਇਹ ਥੋੜ੍ਹਾ ਜਿਹਾ ਸਾਈਡਾਂ ਤੋਂ ਅੱਗ ਤੱਕ ਅਗਰ ਤੇਜ਼ ਹੋਵੇ ਨਾ ਥੋੜ੍ਹਾ ਜਿਹਾ ਜਲਣਾ ਸ਼ੁਰੂ ਹੋ ਜਾਂਦਾ। ਸਭ ਤੋਂ ਅੱਛਾ ਬਰਤਨ ਹੁੰਦਾ ਹੈ ਵਿੱਚ ਕੁਕਿੰਗ ਦੇ ਹਵਾਲੇ ਦੇ ਨਾਲ, ਇਹਦੇ ਵਿੱਚ ਕੋਈ ਐਸਾ ਨਹੀਂ ਹੁੰਦਾ ਕੁਛ ਖਰਾਬੀ, ਲੇਕਿਨ ਬਸ ਇਹਦੇ ਅਗਰ ਜ਼ਿਆਦਾ ਹੀਟ ਤਾਂ ਫਿਰ ਥੋੜ੍ਹਾ ਸਾਈਡਾਂ ਤੋਂ ਜਲ ਜਾਂਦਾ ਵਾ। ਇਹਦਾ ਬਸ ਇਹ ਇੱਕ ਭੈੜ ਹੈ, ਬਾਕੀ ਸਾਰੀਆਂ ਚੰਗੀਆਂ ਚੀਜ਼ਾਂ ਨੇ। ਅਤੇ ਨਾਇਆਬ ਜ਼ਮਾਨੇ ਜਦੋਂ ਹੁੰਦੇ ਸਨ ਉਦੋਂ ਜਿਹੜਾ ਨਾ ਬੜੇ ਹੀ ਜ਼ਬਰਦਸਤ ਕੀ ਕਹਿੰਦੇ ਨੇ ਬਰਤਨ ਮਿਲਦੇ ਸਨ, ਸਟੀਲ ਦੇ। ਸਟੀਲ ਦੇ ਬਰਤਨ ਬਹੁਤ ਅਰਸਾ ਸਾਡੇ ਸ਼ਾਮਿਲ ਰਹੇ ਸਾਡੇ ਘਰਾਂ ਵਿੱਚ। ਜ਼ਰਾ ਪਹਿਲੇ ਤਾਂ ਮਿੱਟੀ ਦੇ ਹੁੰਦੇ ਸਨ ਭਾਂਡੇ, ਮਿੱਟੀ ਦੇ ਪਿਆਲੇ, ਜਾਂ ਫਿਰ ਕੀ ਕਹਿੰਦੇ ਨੇ ਜਿਹੜਾ ਤਾਂਬੇ ਦੇ ਬਰਤਨ ਹੁੰਦੇ ਸਨ, ਪਿੱਤਲ ਦੇ ਬਰਤਨ ਹੁੰਦੇ ਸਨ। ਉਸ ਤੋਂ ਬਾਅਦ ਸਟੀਲ ਜਦੋਂ ਆਇਆ ਨਾ, ਸਟੀਲ ਆਇਆ ਔਰ ਛਾ ਗਿਆ, ਵੀ ਛਾ ਗਿਆ, ਸਟੀਲ ਫੌਰਨ ਹੀ ਛਾ ਗਿਆ। ਅਤੇ ਸਟੀਲ ਦੇ ਬਰਤਨ, ਗਲਾਸ, ਜੱਗ, ਪਲੇਟਾਂ, ਡਿਸ਼ਾਂ, ਹਰ ਸ਼ੈ ਵੀ ਮਸ਼ਹੂਰ ਹੋ ਗਈ ਔਰ ਹਰ ਘਰ ਵਿੱਚ ਜਿਹੜਾ ਨਾ ਪਰਵਾਨੀ ਹੋ ਗਈ ਉਹਨਾਂ ਚੀਜ਼ਾਂ ਦੀ, ਕਿ ਨਾ ਡਿੱਗਣ ਦਾ ਡਰ ਕਿ ਵੀ ਟੁੱਟ ਜਾਏਗਾ, ਨਾ ਕੁਛ ਰਫ ਐਂਡ ਟਫ। ਅਤੇ ਉਹ ਸ਼ਾਦੀਆਂ ਵਿੱਚ ਵੀ ਸਟੀਲ ਦੇ ਹੀ ਬਰਤਨ ਇਸਤੇਮਾਲ ਹੁੰਦੇ ਸਨ। ਉਹ ਜ਼ਮਾਨਾ ਐਸਾ ਸੀ ਕਿ ਸ਼ਾਦੀ ਦੀ ਵੀ ਕਰੋਕਰੀ ਜਿਹੜੀ ਆਉਂਦੀ ਸੀ ਸਟੀਲ ਦੇ ਜੱਗ ਹੁੰਦੇ ਸਨ, ਅਤੇ ਨਾਲ ਕੀ ਕਹਿੰਦੇ ਨੇ ਗਲਾਸ, ਪਲੇਟਾਂ ਸਭ ਸਟੀਲ ਚੱਲਦਾ ਸੀ। ਸਟੀਲ ਦੇ ਡੋਂਗੇ ਸਾਡੇ ਅੱਬੂ ਵੀ ਜਦੋਂ ਸਿਆਲਕੋਟ ਗਏ, ਸਿਆਲਕੋਟ ਤੋਂ ਬਹੁਤ ਅੱਛੇ ਮਿਲਦੇ ਨੇ, ਅਤੇ ਉਹ ਅੱਬੂ ਸਿਆਲਕੋਟ ਗਏ ਔਰ ਇੰਨੇ ਸਾਰੇ ਬਰਤਨ ਲੈ ਕੇ ਆਏ। ਅਸੀਂ ਬਹੁਤ ਅਰਸਾ ਸਟੀਲ ਦਾ ਬਰਤਨ ਇਸਤੇਮਾਲ ਕਰਦੇ ਰਹੇ ਕਿ ਪਲੇਟਾਂ 'ਚ ਸਾਲਣ ਪਾਉਣਾ। ਰੋਟੀ ਲਈ ਤਾਂ ਚੰਗੇਰ ਹੀ ਇਸਤੇਮਾਲ ਹੁੰਦੀ ਸੀ, ਲੇਕਿਨ ਬਾਕੀ ਸਾਲਣ ਵਾਸਤੇ ਪਲੇਟਾਂ। ਅਤੇ ਇਸ ਤਰ੍ਹਾਂ ਸਟੀਲ ਦਾ ਇੱਕ ਦੌਰ ਰਿਹਾ। ਉਸ ਤੋਂ ਬਾਅਦ ਸਟੀਲ ਆਹਿਸਤਾ ਆਹਿਸਤਾ ਫਿਰ ਸਟੀਲ ਗਾਇਬ ਹੋ ਗਿਆ। ਹੁਣ ਲੋਕ ਇੰਨਾ ਪਸੰਦ ਨਹੀਂ ਕਰਦੇ, ਲੇਕਿਨ ਮੈਂ ਹਲੇ ਦੇਖਿਆ ਵੀ ਕਿ ਕਈ ਜਗ੍ਹਾ 'ਤੇ ਜਿਹੜੇ ਇੰਡੀਅਨਸ ਲੋਕ ਨੇ ਨਾ, ਇੰਡੀਅਨਸ ਦੇ ਘਰ ਵਿੱਚ ਹਲੇ ਵੀ ਸਟੀਲ ਬਹੁਤ ਜ਼ਿਆਦਾ ਯੂਜ਼ ਹੁੰਦਾ ਵੇ। ਪਰ ਸਾਡੇ ਜ਼ਿਆਦਾਤਰ ਹੁਣ ਮੈਂ ਘਰਾਂ 'ਚ ਜਿੱਥੇ ਜਾਂਦੀ ਹਾਂ, ਪਾਕਿਸਤਾਨ ਵੀ ਜਾਈਏ ਜਾਂ ਇੱਥੇ ਪਲਾਸਟਿਕ ਨੇ ਜ਼ਿਆਦਾ ਜਗ੍ਹਾ ਲੈ ਲਈਏ, ਪਲਾਸਟਿਕ ਦੇ ਬਰਤਨ। ਹੁਣ ਹਾਲਾਂਕਿ ਇੰਨਾ ਡਾਕਟਰ ਕਹਿ ਰਹੇ ਨੇ ਕਿ ਬਈ ਇਹਨਾਂ ਨੂੰ ਕੱਢ ਦਿਓ, ਆਪਣੀ ਜ਼ਿੰਦਗੀ 'ਚੋਂ ਕੱਢ ਦਿਓ ਪਲਾਸਟਿਕ ਨੂੰ, ਕਿ ਬਹੁਤ ਜ਼ਿਆਦਾ ਨੁਕਸਾਨਦੇਹ ਚੀਜ਼ਾਂ ਨੇ। ਕਿ ਪਲਾਸਟਿਕ 'ਚ ਜਦੋਂ ਤੁਸੀਂ ਗਰਮ ਗਰਮ ਖਾਣਾ ਪਾਉਂਦੇ ਹੋ ਨਾ, ਅਤੇ ਉਹ ਰਿਐਕਸ਼ਨ ਹੁੰਦਾ ਜਿਹੜਾ ਕੈਮੀਕਲ, ਉਹਦੇ ਨਾਲ ਤੁਹਾਡੇ ਬੜੇ ਅਮਰਾਜ਼ ਹੋ ਰਹੇ ਨੇ। ਲੇਕਿਨ ਬਈ ਹੁਣ ਐਸੀ ਆਦਤ ਪੈ ਗਈ ਹੈ ਕਿ ਲੋਕ ਇਸ ਉਹਨੂੰ ਛੱਡਣ 'ਤੇ ਰਾਜ਼ੀ ਨਹੀਂ ਨੇ, ਕਿਉਂਕਿ ਪਲਾਸਟਿਕ ਦਾ ਬਰਤਨ ਬਨਿਸਬਤ ਦੂਸਰੇ ਬਰਤਨਾਂ ਦੇ ਇੱਕ ਤਾਂ ਇਸਤੇਮਾਲ 'ਚ ਵੀ ਅੱਛਾ ਹੁੰਦਾ ਵੇ, ਉਹ ਦੂਸਰਾ ਫਿਰ ਹਲਕਾ ਹੁੰਦਾ ਵੇ। ਕੱਚ ਦੇ ਬਰਤਨ ਟੁੱਟਦੇ ਬਹੁਤ ਨੇ ਬੱਚਿਆਂ ਵਾਲੇ ਘਰਾਂ 'ਚ, ਅਤੇ ਇਸ ਤੋਂ ਪਲਾਸਟਿਕ ਜਿਹੜਾ ਵੇ ਨਾ
ਉਹਨੇ ਸਟੀਲ ਦੀ ਜਗ੍ਹਾ ਲੈ ਲਈਏ, ਲੇਕਿਨ ਬਹਿਰਾਲ ਕੋਸ਼ਿਸ਼ ਇਹੀ ਕਰਨੀ ਚਾਹੀਦੀ ਹੈ ਕਿ ਅਸੀਂ ਜਿਹੜਾ ਵੇ ਨਾ ਐਸੇ ਬਰਤਨ ਇਸਤੇਮਾਲ ਕਰੀਏ ਜਿਹੜੇ ਸਾਡੇ ਹੈਲਥ ਵਾਸਤੇ ਵੀ ਬਈ ਚੰਗੇ ਹੋਣ। ਸਿਰਫ ਅਸੀਂ ਖਾਣਾ ਪਕਾਉਣਾ ਹੀ ਤਾਂ ਨਹੀਂ, ਖਾਣਾ ਵੀ ਉਹਨਾਂ ਵਿੱਚ ਪਾ ਕੇ ਉਹ ਬਿਹਤਰ ਇਹੀ ਹੈ ਕਿ ਤੁਸੀਂ ਕੱਚ ਦਾ ਬਰਤਨ ਇਸਤੇਮਾਲ ਕਰੋ। ਲੇਕਿਨ ਐਵੇਂ ਕਿ ਮੈਂ ਵੀ ਜਦੋਂ ਅਮੈਰੀਕਾ ਗਈ ਸਾਂ, ਮੇਰੀ ਸਿਸਟਰ ਨੇ ਬਹੁਤ ਮੈਨੂੰ ਜਿਹੜਾ ਨਾ ਉਹ ਕੀਤਾ ਕਿ ਬਈ ਜੇ ਤੁਸੀਂ ਕੱਚ ਦਾ ਬਰਤਨ ਇਸਤੇਮਾਲ ਕਰੋ। ਉਹਨਾਂ ਨੇ ਆਪਣੇ ਘਰ 'ਚੋਂ ਪਲਾਸਟਿਕ ਕਾਫੀ ਜਿਹੜਾ ਨਾ ਕੱਢ ਦਿੱਤਾ। ਅਤੇ ਮੈਂ ਵੀ ਫਿਰ ਉੱਥੋਂ ਹੀ ਕੁਛ ਪਲੇਟਾਂ ਲੈ ਕੇ ਆਈ, ਕੁਛ ਅਸੀਂ ਫਿਰ ਇੱਥੋਂ ਹੀ ਬਰਤਨ ਲਏ। ਲੇਕਿਨ ਗੱਲ ਫਿਰ ਉੱਥੇ ਆ ਜਾਂਦੀ ਕਿ ਬੱਚਿਆਂ ਵਾਲਾ ਘਰ ਹੈ, ਉਹ ਬਰਤਨ ਜੋ ਟਾ ਟਾ ਡਿੱਗਦੇ ਸਨ ਅਤੇ ਟੁੱਟਦੇ ਸਨ, 14 ਤਬਕ ਸਾਡੇ ਰੋਸ਼ਨ ਹੋ ਜਾਂਦੇ ਸਨ ਕਿ ਅੱਲਾ ਹੁਣ ਇਹਨਾਂ ਨੂੰ ਸਮੇਟਣਾ ਕਰਨਾ। ਇੰਨੀਆਂ ਕਿਰਸੀਆਂ ਬਿਖਰ ਜਾਂਦੀਆਂ ਸਨ ਕਿ ਮੁਸਤਫਾ, ਰਾਫੇ ਛੋਟੇ ਸਨ, ਯੂਸੁਫ, ਅਤੇ ਉਹ ਫਿਰ ਬਹੁਤ ਮਸਲਾ ਹੋਇਆ ਕਿ ਇੱਕ ਭਾਂਡਾ ਕਿਸੇ ਬੱਚੇ ਨੇ ਤੋੜਤਾ ਕਿਸੇ ਨੇ। ਫਿਰ ਅਸੀਂ ਫਿਰ ਉਹ ਪਲਾਸਟਿਕ ਦੇ ਹੀ ਦੁਬਾਰਾ ਯੂਜ ਕਰਨ ਲੱਗ ਗਏ ਕਿ ਬਈ ਇਹ ਤਾਂ ਬੜਾ ਮਸਲਾ ਹੁੰਦਾ ਵੀ ਕਿ ਉਹ ਸਭ ਤੋਂ ਜ਼ਿਆਦਾ ਡਰ ਇਹ ਹੁੰਦਾ ਸੀ ਕਿ ਬੱਚਿਆਂ ਦੇ ਪੈਰ 'ਚ ਨਾ ਚੁੱਭ ਜਾਵੇ ਨਾ ਕੋਈ ਚੀਜ਼, ਅਤੇ ਉਹ ਫਿਰ ਬਹੁਤ ਦੂਰ ਦੂਰ ਤੱਕ ਉਹਦੀ ਕਿਰਸੀਆਂ ਜਾਂਦੀਆਂ ਸਨ। ਚਲੋ ਬਈ ਫਿਰ ਇਸ ਤਰ੍ਹਾਂ ਅਸੀਂ ਦੁਬਾਰਾ ਪਲਾਸਟਿਕ ਦੀ ਤਰਫ ਆ ਗਏ। ਲੇਕਿਨ ਐਵੇਂ ਕਿ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਐਸੇ ਬਰਤਨ ਇਸਤੇਮਾਲ ਕਰੀਏ ਜਿਹੜੇ ਸਾਡੇ ਹੈਲਥ ਵਾਸਤੇ ਅੱਛੇ ਹੋਣ। ਚਲੋ ਵੀ ਮੈਂ ਨਾਲ ਤੁਹਾਨੂੰ ਕਿੱਡੀ ਸੋਹਣੀ ਤਕਰੀਰ ਵੀ ਕਰਕੇ ਸੁਣਾ ਦਿੱਤੀ ਹੈ ਬਰਤਨਾਂ ਦੇ ਹਵਾਲੇ ਦੇ ਨਾਲ, ਅਤੇ ਨਾਲ ਨਾਲ ਸਾਡਾ ਮਸਾਲਾ ਗਿਆ ਭੁੱਜ। ਅਸੀਂ ਹੁਣ ਇਹਦੇ ਵਿੱਚ ਮਤਲਬ ਪਿਆਜ਼ ਕਾਫੀ ਹੱਦ ਤੱਕ ਹੋ ਗਏ ਨੇ, ਦੇਖ ਲਓ ਜੀ ਪਿਆਜ਼ ਕਾਫੀ ਹੱਦ ਤੱਕ ਹੋ ਗਏ ਨੇ। ਅਤੇ ਇੰਨੇ ਛੋਟੇ ਬਰਤਨ 'ਚ ਪਕਾਉਣਾ ਬੜੇ ਮਹਾਰਤ ਦੀ ਗੱਲ ਹੈ। ਕਿਆ ਬਾਤਾਂ ਨੇ ਅਤੇ ਕਿਆ ਚੀਜ਼ਾਂ ਨੇ। ਅਤੇ ਅੱਜ ਮੈਂ ਕੀ ਕਹਿੰਦੇ ਨੇ, ਬੜੇ ਦਿਨਾਂ ਤੋਂ ਬਾਅਦ ਇੰਸਟਾ ਦੀ ਤਰਫ ਗਈ, ਮੇਰੇ ਉੱਥੇ ਮੇਰੀ ਕਜ਼ਨ ਨੇ ਬੁਸ਼ਰਾ, ਬਾਜੀ ਬੁਸ਼ਰਾ, ਉਹਨਾਂ ਨੇ ਬੜੀ ਜੀ ਲਾਈਕ ਕੀਤਾ ਹੋਇਆ ਸੀ। ਮੈਨੂੰ ਬੜੀ ਖੁਸ਼ੀ ਹੋਈ ਕਿ ਬੜੇ ਅਰਸੇ ਬਾਅਦ ਸਾਡੀ ਇਸ ਤਰ੍ਹਾਂ ਸੋਸ਼ਲ ਮੀਡੀਆ ਕੈਸਾ ਵੀ ਇਹ ਲਓ ਜੀ ਅਸੀਂ ਇਹਦੇ ਵਿੱਚ ਪਾ ਦਿੰਦੇ ਹਾਂ ਹਰੀਆਂ ਮਿਰਚਾਂ ਅਤੇ ਟਮਾਟਰ। ਬੜੇ ਅਰਸੇ ਬਾਅਦ ਜਿਹੜਾ ਨਾ ਸੋਸ਼ਲ ਮੀਡੀਆ ਕੈਸੀ ਤਾਕਤ ਰੱਖਦਾ ਵੇ, ਅਤੇ ਬੜੇ ਅਰਸੇ ਬਾਅਦ ਮੇਰੀ ਉਹਨਾਂ ਦੇ ਨਾਲ ਇਸ ਤਰ੍ਹਾਂ ਗੱਲ ਹੋਈ, ਉਹਨਾਂ ਨੇ ਮੇਰਾ ਕਮੈਂਟ ਕੀਤਾ, ਮੈਂ ਉਹਨਾਂ ਨੂੰ ਥੈਂਕਸ ਕਿਹਾ। ਅਤੇ ਬਈ ਹੈ ਅਤੇ ਬਈ ਕੀ ਕਹਿੰਦੇ ਨੇ ਯਾਦਾਂ ਆ ਗਈਆਂ ਕਿ ਜਦੋਂ ਕਿ ਲੋਕ ਇੱਕ ਦੂਸਰੇ ਨੂੰ ਮਿਲਣ ਨੂੰ ਜਾਂ ਮੈਸੇਜ ਵਾਸਤੇ ਸਭ ਤਰਸਦੇ ਹੁੰਦੇ ਸਨ ਕਿ ਕਿਸ ਤਰ੍ਹਾਂ ਮਿਲੀਏ, ਕਿਸ ਤਰ੍ਹਾਂ ਗੱਲਬਾਤ ਕਰੀਏ, ਆਪਣੇ ਸੋਹਣਿਆਂ ਨੂੰ ਕਿਸ ਤਰ੍ਹਾਂ ਦੇਖੀਏ। ਪਰ ਹੁਣ ਤਾਂ ਬੜਾ ਆਸਾਨ ਹੋ ਗਿਆ, ਤੁਸੀਂ ਕੁਛ ਲਾ ਦੇਵੋ, ਪੋਸਟ ਲਾ ਦੇਵੋ, ਕੁਛ ਲਾ ਦੇਵੋ, ਫਿਰ ਉੱਥੇ ਜਿਹੜਾ ਕਮੈਂਟ ਆ ਜਾਂਦਾ ਨਾ ਉਸ ਹਵਾਲੇ ਦੇ ਨਾਲ ਬੜਾ ਚੰਗਾ ਲੱਗਦਾ ਵੇ। ਲਓ ਜੀ ਇੱਥੇ ਨਮਕ ਪਾਉਣ ਲੱਗੀ ਹਾਂ ਮੈਂ, ਇੱਥੇ ਜਾਏਗਾ ਨਮਕ। ਹੁਣ ਨਮਕ ਜਿਹੜਾ ਵੇ ਮੈਨੂੰ ਬਿਲਕੁਲ ਅੰਦਾਜ਼ਾ ਨਹੀਂ, ਅਸੀਂ ਅੰਦਾਜ਼ੇ ਦੇ ਨਾਲ ਹੀ ਪਾਉਂਦੇ ਹਾਂ। ਸਾਡੇ ਆਪੋ ਕਹਿੰਦੇ ਹੁੰਦੇ ਸਾਂ ਅੱਲਾ ਜਿੰਨਤ ਨਸੀਬ ਕਰੇ ਉਹਨਾਂ ਨੂੰ ਕਿ ਘੱਟ ਦਾ ਇਲਾਜ ਹੈਗਾ ਵੀ ਵੱਧ ਦਾ ਕੋਈ ਇਲਾਜ ਨਹੀਂ। ਅਸੀਂ ਇੰਨਾ ਹੱਸ ਰਹੇ ਹੁੰਦੇ ਸਾਂ, ਅੱਬੂ ਨੇ ਕਹਿਣਾ ਜੇ ਘੱਟ ਹੈ ਨਾ ਤਾਂ ਹੋਰ ਪੈ ਜਾਏਗਾ, ਅਤੇ ਜੇ ਬਹੁਤਾ ਹੋ ਗਿਆ ਨਾ ਫਿਰ ਉਹਦਾ ਕੋਈ ਇਲਾਜ ਨਹੀਂ ਜੇ। ਅਤੇ ਅਸੀਂ ਬਸ ਫਿਰ ਉਹ ਗ੍ਰਹਿ ਨਾਲ ਬੰਨ ਲਈਏ ਗੱਲ ਕਿ ਘੱਟ ਦਾ ਇਲਾਜ ਹੈਗਾ ਵੀ ਵੱਧ ਦਾ ਕੋਈ ਇਲਾਜ ਨਹੀਂ। ਅਤੇ ਬਈ ਇਹ ਪਾ ਲਾਲ ਮਿਰਚਾਂ ਵੀ ਚਲੀਆਂ ਗਈਆਂ, ਹਰੀਆਂ ਮਿਰਚਾਂ ਵੀ ਪਾਈਆਂ ਨੇ ਔਰ ਲਾਲ ਮਿਰਚਾਂ ਵੀ ਪਾਈਆਂ ਨੇ। ਇਹਦੇ ਵਿੱਚ ਜਾਏਗੀ ਹਲਦੀ, ਬਹੁਤ ਜ਼ਿਆਦਾ ਮਸਾਲੇ, ਨਹੀਂ ਨਹੀਂ ਹਾਂਡੀ ਵਿੱਚ ਵੀ ਬਿਲਕੁਲ ਸਾਦੀ ਜੀ ਹਾਂਡੀ ਹੈ, ਪਰ ਐਵੇਂ ਇਸ ਤਰ੍ਹਾਂ ਲੱਗ ਰਿਹਾ ਕਿ ਚੰਗੀ ਬਣ ਜਾਏਗੀ। ਹੁਣ ਦੇਖੋ ਅੱਲਾ ਕਰੇ ਅੱਛੀ ਬਣ ਜਾਵੇ, ਅਤੇ ਅਸੀਂ ਫਿਰ ਜ਼ਰਾ ਥੋੜ੍ਹਾ ਜਿਹਾ ਖੁਸ਼ ਹੋ ਜਾਵਾਂਗੇ ਕਿ ਹਮ ਵੀ ਕਾਮਯਾਬ ਹੋ ਗਏ ਬਈ। ਹਮ ਜ਼ਿੰਦਾ ਕੌਮ ਹੈ, ਪਾਇਦਾ ਕੌਮ ਹੈ, ਹਮ ਸਭ ਕੀ ਹੈ ਪਹਿਚਾਨ, ਹਮ ਸਭ ਕਾ ਪਾਕਿਸਤਾਨ, ਪਾਕਿਸਤਾਨ, ਹਮ ਸਭ ਕਾ ਪਾਕਿਸਤਾਨ। ਚਲੋ ਬਈ ਹਮ ਸਭ ਕਾ ਪਾਕਿਸਤਾਨ, ਇਹ ਅਸੀਂ ਹੁਣ ਚੱਲੀ ਜੇ ਇਹਦੇ ਵਿੱਚ ਗੋਭੀ। ਚਲੋ ਬਈ ਪਤਾ ਨਹੀਂ
ਮੈਂ ਵੀ ਤੁਹਾਡੇ ਵਾਂਗਰ ਦੁਆ ਹੀ ਮੰਗ ਰਹੀ ਹਾਂ, ਜਿਵੇਂ ਤੁਸੀਂ ਦੇਖ ਕੇ ਹਰੀਆਨ ਹੋ ਰਹੇ ਹੋ ਕਿ ਬਈ ਇਹ ਕੀ ਪਕੜ ਲਗਾ ਵੇ, ਉਸ ਤਰ੍ਹਾਂ ਹਮ ਵੀ ਹਰੀਆਨ ਪਰੇਸ਼ਾਨ ਹੈ ਕਿ ਅੱਲਾ ਕਿ ਚੰਗਾ ਜਿਹਾ ਪੱਕ ਜਾਵੇ ਅਤੇ ਥੋੜ੍ਹੀ ਸਾਡੀ ਵੀ ਇੱਜ਼ਤ ਰਹਿ ਜਾਵੇ, ਨਾਲ ਨਾਲ ਵੀਡੀਓ ਬਣਦੀ ਪਈ ਹੈ ਅਤੇ ਪਤਾ ਚੱਲੇ ਅਤੇ ਖੇਤ ਸੁਆਹ ਵੀ ਨਾ ਬਣੇ ਅਤੇ ਸਾਨੂੰ ਜਿਹੜੇ ਸ਼ਰਮਿੰਦਗੀ ਉਠਾਉਣੀ ਪਵੇ। ਥੋੜ੍ਹੀ ਅੱਗ ਮੈਂ ਹਲਕੀ ਕਰ ਦਿੰਦੀ ਹਾਂ ਤਾਂ ਕਿ ਆਰਾਮ ਦੇ ਨਾਲ ਇਹਦੇ ਵਿੱਚ ਗੋਭੀ ਜਿਹੜੀ ਮਸਾਲੇ ਵਿੱਚ ਗਲ ਜਾਵੇ ਔਰ ਅੱਛਾ ਜਿਹਾ ਆਪਣੇ ਪਾਣੀ ਵਿੱਚ ਹੀ ਗਲ ਜਾਵੇ। ਚਲੋ ਜੀ, ਮੇਰੀ ਮਾਂ ਦੇ ਹੱਥ ਦੀ ਚਾਹ ਵਰਗਾ ਤੈਨੂੰ ਭੁੱਲੀਏ ਵੀ ਤੇ ਕਿੰਜ ਭੁੱਲੀਏ। ਹਾਂਡੀ ਨੂੰ ਅਸੀਂ ਢੱਕ ਦਿੱਤਾ ਔਰ ਹਲਕੀ ਅੱਗ ਕਰ ਦਿੱਤੀ ਹੈ, ਬਾਕੀ ਨਮਕ ਮਿਰਚ ਵੀ ਮੇਰਾ ਸਾਰਾ ਇੱਥੇ ਪਿਆ ਵੇ। ਮੈਂ ਕਿਹਾ ਕੋਈ ਨਹੀਂ ਮੈਂ ਚੁੱਕਣੀ ਆ ਅਤੇ ਅਸੀਂ ਥੋੜ੍ਹਾ ਜਿਹਾ ਕਮੈਂਟ ਪੜ੍ਹ ਲਈਏ, ਮੈਂ ਤੁਹਾਨੂੰ ਕਮੈਂਟ ਦਾ ਥੋੜ੍ਹਾ ਜਿਹਾ ਅਸੀਂ ਸੈਕਸ਼ਨ ਕਰ। ਓਏ ਹੋਏ ਹੋਏ, ਦੇਖੋ ਜੀ ਮੌਸਮ ਬਾਹਰ ਬਾਰਿਸ਼ ਪਈ ਹੁੰਦੀ ਹੈ। ਮੌਸਮ ਹੈ ਆਸ਼ਿਕਾਨਾ ਐ ਦਿਲ ਕਹੀਂ ਸੇ ਉਨਕੋ ਐਸੇ ਮੈਂ ਢੂੰਢ ਲਾਨਾ, ਐਸੇ ਮੈਂ ਢੂੰਢ ਲਾਨਾ। ਮੌਸਮ ਹੈ ਆਸ਼ਿਕਾਨਾ, ਅਤੇ ਵੀ ਮੌਸਮ ਬੜਾ ਆਸ਼ਿਕਾਨਾ ਹੋਇਆ ਅਤੇ ਪਰ ਇਹ ਨਾਲ ਸਰਦੀ ਵੀ ਸ਼ਦੀਦ ਹੈ, ਇਹ ਤੁਸੀਂ ਬਾਹਰ ਨਹੀਂ ਜਾ ਸਕਦੇ, ਲੇਕਿਨ ਮੈਂ ਥੋੜ੍ਹੀ ਜਿਹੀ ਤੁਹਾਨੂੰ ਝਲਕ ਦਿਖਾ ਦਿੱਤੀ ਹੈ ਕਿ ਉਹ ਕਹਿੰਦੇ ਹੁੰਦੇ ਨਾ ਆਸ਼ਿਕਾਂ ਦੇ ਇਸ਼ਕ ਦੀ ਅਖੀਰ ਹੁੰਦੀ ਠਾ, ਅਤੇ ਅਸੀਂ ਵੀ ਤੁਸੀਂ ਅਖੀਰ ਦੇਖ ਲਵੋ ਵੀ ਠਾ ਹੁੰਦੀ ਦੇਖ ਲਵੋ ਕਿ ਇਹ ਜੇ ਅਖੀਰ ਮੌਸਮ ਦੀ। ਅੱਜ ਮੈਂ ਆਪਣਾ ਕੋਟ ਵੀ ਲੈ ਕੇ ਆ ਗਈ ਹਾਂ ਨੀਚੇ, ਮੈਂ ਕਿਹਾ ਮੈਂ ਆਪਣਾ ਕੋਟ ਨੀਚੇ ਲੈ ਆਵਾਂ ਤਾਂ ਕਿ ਬਈ ਹੁਣ ਕੱਲ੍ਹ ਤੋਂ ਤੁਸੀਂ ਕੱਲ੍ਹ ਤੋਂ ਪਰਸੋਂ ਤੋਂ ਮੇਰੇ ਬਸ ਉਹ ਇੱਕ ਸਾਡਾ ਇੰਤਖਾਬੀ ਨਿਸ਼ਾਨ ਕੋਟ ਹੋਏਗਾ ਉਹਦੇ ਵਿੱਚ ਹੀ ਦੇਖੋਗੇ, ਕਿਉਂਕਿ ਹੁਣ ਸਰਦੀ ਵੱਧਦੀ ਜਾ ਰਹੀ ਹੈ ਨਾ ਅਤੇ ਫਿਰ ਹੁਣ ਕੋਟ ਪਾਉਣਾ ਪਿਆ ਕਰੇਗਾ। ਇੱਕ ਦੋ ਇਹ ਹਫ਼ਤਾ ਤਾਂ ਅਸੀਂ ਸਵੈਟਰ ਦੇ ਨਾਲ ਗੁਜ਼ਾਰਾ ਕੀਤਾ, ਪਰ ਐਵੇਂ ਕਿ ਹੁਣ ਜਿਹੜਾ ਉਹਨੇ ਕੋਟ ਪਾਉਣਾ ਹੀ ਪਏਗਾ। ਅਤੇ ਚਲੋ ਅਸੀਂ ਆ ਜਾਂਦੇ ਹਾਂ ਜੀ ਤੁਹਾਡੇ ਕਮੈਂਟਸ ਦੀ ਤਰਫ, ਥੋੜ੍ਹਾ ਜਿਹਾ ਮੈਨੂੰ ਸੈੱਟ ਕਰਾਂ, ਅੱਜ ਹੀ ਫੜੀ ਹੋਈ ਸੀ। ਲਓ ਜੀ ਅਸੀਂ ਬੈਠ ਗਏ ਹਾਂ ਹੁਣ ਸੈੱਟ ਹੋ ਕੇ ਅਤੇ ਚਸ਼ਮਾ ਮੈਂ ਆਪਣਾ ਸਾਫ਼ ਕਰ ਰਹੀ ਹਾਂ। ਕਮਾਲ ਵਾਲੀ ਵੈਸੇ ਗੱਲ ਹੈ ਕਿ ਜਿਸ ਨਾਲ ਮੈਂ ਪਸੀਨਾ ਸਾਫ਼ ਕੀਤਾ ਨਾ ਉਹਦੇ ਨਾਲ ਮੈਂ ਚਸ਼ਮਾ ਸਾਫ਼ ਕਰਨ ਲੱਗ ਗਈ ਹਾਂ, ਬੱਲੇ ਬੱਲੇ। ਅਤੇ ਜੀ ਅਸੀਂ ਆ ਜਾਂਦੇ ਹਾਂ ਫੌਰੀ ਤੌਰ 'ਤੇ ਆਪਣੇ ਉਹਦੀ ਤਰਫ, ਕਿਉਂਕਿ ਅਸੀਂ ਫਿਰ ਹਾਂਡੀ ਵੀ ਦੇਖਣੀ ਹੈ ਕਿ ਬੇਗਮ ਕੌਸਰ ਜਿਹੜੇ ਨੇ ਉਹ ਲਿਖ ਰਹੇ ਨੇ ਕਿ ਸਾਲਨ ਬੜੀ ਲੁੱਕ ਬੜੀ ਡਿਲੀਸ਼ੀਅਸ ਹੈ, ਸਾਲਨ ਦੀ ਜਿਹੜੀ ਹੈ ਨਾ ਬੜੀ ਚੰਗੀ ਤੁਸੀਂ ਬਣਾਈ ਹੈ, ਬਹੁਤ ਸ਼ੁਕਰੀਆ ਜੀ। ਅਤੇ ਬਾਕੀ ਨਾਲ ਲਿਖਦੇ ਮੇਰੇ ਹੈਲਥ ਵਾਸਤੇ ਉਹਨਾਂ ਨੇ ਦੁਆ ਕੀਤੀ ਹੈ ਕਿ ਅੱਲਾਹ ਤਾਲਾ ਤੁਹਾਨੂੰ ਸਿਹਤ ਦੇਵੇ ਹੈਲਥ ਇਸ਼ੂ ਦੇ ਹਵਾਲੇ ਨਾਲ, ਤਾਂ ਬਹੁਤ ਸ਼ੁਕਰੀਆ ਜੀ ਤੁਹਾਡੀ ਮੁਹੱਬਤਾਂ ਦਾ ਕਿ ਤੁਸੀਂ ਦੇਖਿਆ ਵੀ ਪਸੰਦ ਕੀਤਾ ਔਰ ਮੇਰੇ ਲਈ ਦੁਆਵਾਂ ਵੀ ਕੀਤੀਆਂ। ਤਕਦੀਰ ਨੂੰ ਅਗਰ ਕੋਈ ਚੀਜ਼ ਬਦਲਦੀ ਹੈ ਨਾ ਉਹ ਦੁਆ ਹੁੰਦੀ ਹੈ, ਤਕਦੀਰ ਨੂੰ ਬਦਲਣ ਵਾਲੀ ਦੁਆ, ਇਸ ਲਈ ਦੁਆ ਲਈ ਖੁਦ ਵੀ ਦੂਸਰੇ ਲਈ ਕਰਨੀ ਚਾਹੀਦੀ ਹੈ ਔਰ ਦੂਸਰੇ ਨੂੰ ਕਹਿਣਾ ਚਾਹੀਦਾ ਕਿ ਮੇਰੇ ਹੱਕ 'ਚ ਦੁਆ ਕਰੋ। ਅਤੇ ਉਹਨਾਂ ਨੇ ਲਿਖਿਆ ਵੇ ਨਸੀਮਾ ਡਾਰ ਨੇ ਕਿ ਸਾਲਨ ਨਾਈਸ, ਅਤੇ ਅੱਛਾ ਮੈਂ ਕੋਈ ਪਿਛਲੇ ਤਾਂ ਨਹੀਂ ਪੜ੍ਹ ਰਹੀ, ਹਾਂ ਮੈਂ ਪਿੱਛੇ ਚਲੀ ਗਈ ਹਾਂ, ਥੋੜ੍ਹਾ ਜਿਹਾ ਪਿੱਛੇ ਚਲੀ ਗਈ ਹਾਂ। ਨਾਨ ਪਕੌੜੇ ਦੇ ਹਵਾਲੇ ਨਾਲ ਇੱਥੋਂ ਆਇਆ ਵੇ ਸੌਲਤ ਹੁਸੈਨ ਦਾ ਪਹਿਲਾ ਮੈਂ ਕਮੈਂਟ ਹੈ, ਔਰ ਉਸ ਤੋਂ ਬਾਅਦ ਫਿਰ ਉਸ ਮਾਂ ਨੇ ਲਿਖਿਆ ਵੇ ਕਿ ਆਪਣੀ ਜਵਾਨੀ ਮੈਂ ਇਹ ਨਾਨ ਪਕੌੜੇ ਵਾਲਾ ਬਹੁਤ ਸ਼ੌਕ ਸੇ ਖਾਇਆ, ਕਿਆ ਯਾਦ ਦਿਲਾ ਦੀ ਆਪਨੇ, ਬਹੁਤ ਮਜ਼ੇਦਾਰ ਹੋਤਾ ਹੈ, ਘਰ ਮੇਂ ਵੀ ਬਹੁਤ ਅੱਛਾ ਬਣਤਾ ਹੈ, ਮੈਂ ਤੋ ਘਰ ਕੀ ਸਾਦੀ ਰੋਟੀ ਪਰ ਵੀ ਬੇਸਨ ਕਾ ਮਟੀਰੀਅਲ ਲਗਾ ਕਰ ਆਪਣੇ ਬੱਚੋਂ ਕੋ ਬਣਾ ਦਿਆ ਕਰਤੀ ਥੀ, ਬੱਚੇ ਬੜੇ ਹੋਏ ਤੋ ਬਾਹਰ ਕੇ ਖਾਣੇ ਲਗੇ, ਅਤੇ ਹੁਣ ਬਣਾਉਣਾ ਬੰਦ ਕਰ ਦਿੱਤਾ ਹੈ, ਹੈਲਥ ਇਸ਼ੂ ਦੀ ਵਜ੍ਹਾ ਨਾਲ ਖਾਣਾ ਹੀ ਛੱਡ ਦਿੱਤਾ ਹੈ, ਚਲੋ ਵੀ ਠੀਕ ਹੈ ਹੁਣ ਹੋਰ ਕੀ ਕਰੀਏ। ਇਹ ਕਦੀ ਕਦੀ ਤਾਂ ਸ਼ੌਕ ਜਿਹੜਾ ਨਾ ਉਹ ਇਨਸਾਨ ਆਪਣੇ ਇਸ ਤਰ੍ਹਾਂ ਕਰ ਲੈਂਦਾ ਵਾ ਕਿ ਹੈਲਥ ਇਸ਼ੂ ਤਾਂ ਵਾਕਈ ਹਰ ਇੱਕ ਦੇ ਨਾਲ ਇੰਨੇ ਲੱਗ ਜਾਂਦੇ ਨੇ,
ਕਿ ਫਿਰ ਬੜੇ ਮਸਲੇ ਮਸਾਇਲ ਹੁੰਦੇ ਨੇ, ਪਰ ਐਵੇਂ ਫਿਰ ਚਲੋ ਥੋੜ੍ਹਾ ਜਿਹਾ ਤੁਸੀਂ ਕਦੀ ਕਦੀ ਕਦਾਰ ਕਰ ਲੈਂਦੇ ਹੋ। ਪਰ ਮੈਨੂੰ ਖਾਂਸੀ ਅੱਜ ਵੀ ਹਲੇ ਹੈਗੀ ਹੈ, ਖਾਂਸੀ ਬਿਲਕੁਲ ਠੀਕ ਨਹੀਂ ਹੋ ਰਹੀ ਹੈ, ਕਿਉਂਕਿ ਮੌਸਮ ਜਿਹੜਾ ਵੇ ਮੌਸਮ ਠੀਕ ਨਹੀਂ ਹੋ ਰਿਹਾ ਨਾ, ਤੁਸੀਂ ਜਦੋਂ ਮੌਸਮ ਠੀਕ ਨਹੀਂ ਹੋਵੇਗਾ ਤਾਂ ਸਾਡੀ ਖੰਘ ਕਿੱਥੋਂ ਠੀਕ ਹੋਣੀ ਹੈ, ਅਤੇ ਅਸੀਂ ਇਸ ਤਰ੍ਹਾਂ ਹੀ ਖੂੰ ਖੂੰ ਕਰਦੇ ਤੁਹਾਡੇ ਨਾਲ ਖਿਤਾਬ ਜਾਰੀ ਰੱਖਾਂਗੇ। ਅਤੇ ਉਸਮਾਂ ਨੇ ਕਿਹਾ ਕਿ ਵੀ ਅਸੀਂ ਪੁਰਾਣੀਆਂ ਰੂਹਾਂ 'ਤੇ ਬੈਠ ਕੇ ਪੁਰਾਣੀਆਂ ਰੂਹਾਂ ਸਾਰੀਆਂ ਪੁਰਾਣੇ ਜ਼ਮਾਨੇ ਨੂੰ ਯਾਦ ਕਰ ਲੈਂਦੇ ਹਾਂ, ਅਤੇ ਬਾਕੀ ਵੀ ਗੱਲ ਤਾਂ ਠੀਕ ਹੈ, ਸੋਲਾਰ ਨੇ ਸੱਚ ਵੀ ਲੱਗਦੀ ਹੈ। ਅਤੇ ਕੌਸਲ ਨੇ ਲਿਖਿਆ ਵੈਰੀ ਨਾਈਸ, ਅਤੇ ਨਾਲ ਉਹਨਾਂ ਨੇ ਇੰਨੇ ਸਾਰੇ ਹਾਰਟ ਭੇਜ ਦਿੱਤੇ ਨੇ ਮੈਨੂੰ, ਬਹੁਤ ਸ਼ੁਕਰੀਆ ਜੀ। ਅਤੇ ਉਸਮਾਂ ਕਹਿੰਦੇ ਪਹਿਲੇ ਮੇਰੀ ਅੰਮੀ ਖਸ਼ਖਾਸ਼ ਔਰ ਸਫੇਦ ਚਨੇ ਡਾਲਦੀ ਥੀ, ਫਿਰ ਕੋਫਤੇ ਕੇ ਦਰਮਿਆਨ ਇੱਕ ਆਲੂ ਬੁਖਾਰਾ ਵੀ ਰੱਖਦੀ ਥੀ, ਕਭੀ ਖਾਸ ਮਹਿਮਾਨ ਆਤੇ ਉਬਲੇ ਅੰਡੇ ਕੇ ਉੱਪਰ ਕੀਮਾ ਲਗਾ ਕਰ ਅੰਮੀ ਕੋਫਤੇ ਬਣਾਤੀ ਥੀ, ਉਸੇ ਨਰਗਸੀ ਕੋਫਤੇ ਕਹਿਤੇ ਥੇ। ਹਮ ਹੈਰਾਨ ਹੋਤੇ ਥੇ, ਅੰਡਾ ਨਰਗਿਸ ਜੈਸਾ ਹੈ ਯਾ ਕੀਮਾ, ਅੰਮੀ ਕੋ ਪੁੱਛ ਰਹਾ ਅੰਮੀ ਇਸਕੋ ਨਰਗਸੀ ਕੋਫਤੇ ਕਿਉਂ ਕਹਿਤੇ ਹੈ, ਜਿਸਕਾ ਕਭੀ ਤਸੱਲੀ ਬਖਸ਼ ਜਵਾਬ ਨਹੀਂ ਮਿਲਾ। ਉਸ ਬਾਅਦ ਵਾਕੇ ਨਰਗਸੀ ਕੋਫਤੇ ਵੀ ਜਦੋਂ ਖਾਸ ਸਪੈਸ਼ਲ ਲੋਕ ਆਉਂਦੇ ਸਨ ਨਾ, ਅਤੇ ਉਦੋਂ ਨਰਗਸੀ ਕੋਫਤੇ ਵੀ ਬਣਦੇ ਹੁੰਦੇ ਸਨ। ਅੰਡਾ ਐਡਾ ਵੱਡਾ ਕੋਫਤਾ ਹੁੰਦਾ ਸੀ ਨਾ, ਅੱਲਾ ਮਾਫੀ, ਵੱਡਾ ਸਾਰਾ ਕੋਫਤਾ ਹੁੰਦਾ ਸੀ, ਔਰ ਫਿਰ ਉਹਨੂੰ ਜਦੋਂ ਡਿਸ਼ 'ਚ ਪਾਉਣ ਲੱਗਦੇ ਸਨ ਤਾਂ ਉਹਨੂੰ ਵਿੱਚੋਂ ਅਸਾਂ ਕੱਟ ਕੇ ਫਿਰ ਅਸਾਂ ਕਰ ਦਿੱਤਾ ਜਾਂਦਾ ਸੀ, ਵਿੱਚ ਅੰਡਾ ਨਜ਼ਰ ਆ ਰਿਹਾ ਹੁੰਦਾ ਸੀ, ਉਹ ਬੜਾ ਜ਼ਬਰਦਸਤ, ਔਰ ਕਦੀ ਕਦੀ ਸਾਬਤੇ ਵੀ ਰੱਖ ਦਿੱਤੇ ਜਾਂਦੇ ਸਨ, ਜਾਂ ਉਹਨੂੰ ਕਦੀ ਇਸ ਗੋਲ ਕਟਿੰਗ 'ਚ ਵੀ ਹੁੰਦਾ ਸੀ, ਲੰਬੀ ਕਟਿੰਗ 'ਚ ਵੀ ਹੁੰਦਾ ਸੀ, ਉਹ ਬੜੇ ਪਿਆਰੇ ਲੱਗਦੇ ਸਨ ਜਿਹੜੇ ਨਰਗਸੀ ਕੋਫਤੇ। ਲੇਕਿਨ ਬੜੀ ਮਿਹਨਤ ਲੱਗਦੀ ਸੀ, ਹੁਣ ਨਰਗਸੀ ਕੋਫਤੇ ਖਾਧੇ ਤਾਂ ਅਰਸਾ ਹੋ ਗਿਆ, ਹੁਣ ਨਰਗਸੀ ਅਤੇ ਕੋਫਤੇ ਦੇ ਦਰਮਿਆਨ ਦੀ ਇੱਕ ਡਿਸ਼ ਇਜਾਦ ਹੋ ਗਈ ਹੈ ਕਿ ਹੁਣ ਜਿੱਦਣ ਸਾਡੇ ਘਰ ਕੋਫਤੇ ਬਣਦੇ ਨੇ, ਮੈਂ ਤਾਂ ਬਹੁਤ ਅਰਸਾ ਹੋ ਗਿਆ ਹੁਣ ਕੋਫਤੇ ਨਹੀਂ ਬਣਾਏ, ਪਰ ਸਾਡੇ ਘਰ ਜਦੋਂ ਬਣਦੇ ਨੇ ਨਾ ਬੱਚੀਆਂ ਬਣਾਉਂਦੀਆਂ, ਅਤੇ ਫਿਰ ਮੈਂ ਕੀ ਕਹਿੰਦੇ ਨੇ ਉਹਦੇ ਵਿੱਚ ਅੰਡੇ ਉਬਾਲ ਕੇ ਨਾਲ ਪਾ ਲਏ ਜਾਂਦੇ ਨੇ, ਬਈ ਅੰਡੇ ਉਬਲੇ ਹੋਏ ਅੰਡੇ ਨਾਲ ਪਾ ਲਵੋ ਅਤੇ ਚਲੋ ਜੀ ਉਹ ਕੋਫਤੇ ਅੰਡੇ ਦਾ ਕੰਬੀਨੇਸ਼ਨ ਬਣ ਜਾਂਦਾ। ਸਾਡੇ ਘਰ ਸਾਦੇ ਅੰਡੇ ਨਹੀਂ ਬਣਦੇ, ਸਾਦੇ ਕੋਫਤੇ ਨਹੀਂ ਬਣਦੇ, ਅੰਡੇ ਜ਼ਰੂਰ ਪੈਂਦੇ ਨੇ। ਅਤੇ ਮੈਂ ਨਹਾ ਕੇ ਆਈ ਹਾਂ, ਹਲੇ ਮੇਰੇ ਵਾਲ ਵੀ ਜਿਹੜਾ ਬਿਲਕੁਲ ਗਿੱਲੇ ਨੇ, ਅਤੇ ਹਲੇ ਮੈਂ ਸੁਕਾਏ ਨਹੀਂ ਨੇ ਨਾ ਹੀ ਸੁੱਕਣੇ ਨੇ, ਬਈ ਇੰਨਾ ਮੌਸਮ ਖਤਰਨਾਕ ਹੋਇਆ, ਸੁੱਕਣੇ ਕਿੱਥੋਂ ਦੇ ਵਾਲ। ਬਚਪਨ ਦੇ ਵਿੱਚ ਯਾਦ ਆ ਜਾਂਦਾ ਕਿ ਅੰਮੀ ਜਦੋਂ ਸਾਡੇ ਚਾਵਾਂ ਲੈ ਕੇ ਨਾ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਨਵਾਉਂਦੇ ਹੁੰਦੇ ਸਨ, ਉਹ ਇੰਨਾ ਬਈ ਆ ਜਾਓ ਵੀ ਤੁਸੀਂ ਮੈਦਾਨ ਵਿੱਚ ਸਾਰੇ, ਅਤੇ ਉਹ ਬਸ ਮੈਦਾਨ ਵਿੱਚ ਅਸੀਂ ਆ ਜਾਂਦੇ ਹੁੰਦੇ ਸਾਡੇ ਅੰਮੀ ਦੇ ਵਿੱਚ ਚਾਵਾਂ ਲੈ ਕੇ ਸਾਰੇ ਬੱਚਿਆਂ 'ਤੇ ਫੇਰਨਾ, ਅਤੇ ਨਾਲ ਨਾਲ ਗੁੱਸੇ ਹੋਣਾ, ਅਤੇ ਨਾਲ ਨਾਲ ਸਾਡੇ ਗਿੱਟਿਆਂ ਤੋਂ ਮਹਿਲ ਲਾਉਣੀ, ਅਤੇ ਫਿਰ ਨਵਾ ਨਵਾ ਕੇ ਨਾ ਫਿਰ ਧੁੱਪ 'ਚ ਬਿਠਾਈ ਜਾਣਾ, ਅਤੇ ਜਾਓ ਜਾ ਕੇ ਮੰਜੀਆਂ 'ਤੇ ਬੈਠੋ, ਵਾਰੀ ਵਾਰੀ ਅਸੀਂ ਬਹਿ ਜਾਣਾ, ਇਸ ਤਰ੍ਹਾਂ ਕੁੰਗੜ ਕੁੰਗੜ ਕੇ ਸਰਦੀ ਲੱਗੀ ਹੁੰਦੀ ਸੀ, ਪਰ ਬਾਹਰ ਧੁੱਪੇ ਬਹਿ ਜਾਂਦੇ ਹੁੰਦੇ ਸਨ। ਫਿਰ ਅੰਮੀ ਦੇ ਆਖਰੀ ਬੱਚਾ ਜਦੋਂ ਅੰਮੀ ਨਵਾ ਲੈਂਦੀ ਸੀ, ਉਦੋਂ ਅੰਮੀ ਵਿਹੜੇ 'ਚ ਕਰਾਉਂਦੀ ਸੀ, ਅੰਮੀ ਨੂੰ ਗੁੱਸਾ ਚੜਿਆ ਹੁੰਦਾ ਸੀ, ਅੰਮੀ ਨੇ ਕਹਿਣਾ ਤੁਸੀਂ ਆਪਣੇ ਗਿੱਟੇ ਹੀ ਸਾਫ਼ ਨਹੀਂ ਕਰਦੇ, ਤੁਹਾਡੇ ਗਿੱਟਿਆਂ 'ਤੇ ਇੰਨੀ ਮੈਲ ਚੜੀ ਹੋਈ, ਤੁਹਾਨੂੰ ਸ਼ਰਮ ਨਹੀਂ ਆਉਂਦੀ? ਅਤੇ ਉਹ ਫਿਰ ਹਫ਼ਤੇ ਬਾਅਦ ਸਾਡੀ ਜਿਹੜੀ ਬੰਜਾਈ ਹੁੰਦੀ ਸੀ ਨਾ, ਦੁਲਾਈ ਹੁੰਦੀ ਸੀ ਸਾਡੀ, ਉਹ ਸਾਡੀ ਬਾਗ ਕਰਦੀ ਹੁੰਦੀ ਸੀ, ਗਿੱਟਿਆਂ 'ਤੇ ਬੜੀ ਮੈਲ ਚੜੀ ਹੁੰਦੀ ਸੀ ਸਾਡੇ, ਫਿਰ ਉਹ ਸਾਫ਼ ਸੁਫ ਕਰਕੇ ਫਿਰ ਉਨ੍ਹਾਂ ਚਿਰ ਧੁੱਪ ਸਾਨੂੰ ਲੱਗ ਜਾਂਦੀ ਸੀ, ਵੀ ਚੰਗੇ ਵਾਲ ਸੁਕਾਉਣੇ ਅਤੇ ਧੁੱਪ ਲੱਗ ਜਾਣੀ ਵਿੱਚੀ ਖਿਲਾਰ ਖਿਲਾਰ ਕੇ, ਉਸ ਤੋਂ ਬਾਅਦ ਫਿਰ ਤੇਲ ਲਾ ਕੇ ਨਾ ਅੰਮੀ ਨੇ ਗੁੱਤਾਂ ਸਾਰਿਆਂ ਦੀਆਂ ਕਰਨੀਆਂ। ਅਤੇ ਹਫ਼ਤਾ ਬਾਅਦ ਜਿਹੜਾ ਬਾਅਦ ਜਿਹੜੀ ਇੱਕ ਸਫਾਈ ਹੁੰਦੀ ਸੀ, ਬਹੁਤ ਛੋਟੀ ਏਜ ਦੀ ਮੈਂ ਗੱਲ ਦੱਸ ਰਹੀ ਹਾਂ, ਵੱਡੇ ਹੋਏ ਤਾਂ ਫਿਰ ਖੁਦ ਹੀ ਨਹਾਉਣ ਲੱਗ ਗਏ, ਫਿਰ ਗਿੱਟਿਆਂ ਗੁੱਟਿਆਂ ਤੋਂ ਚਾਵਾਂ ਹੁੰਦਾ ਸੀ, ਹਰ ਘਰ ਵਿੱਚ ਚਾਵਾਂ ਜ਼ਰੂਰ ਹੁੰਦਾ ਸੀ, ਉਹ ਚਾਵਾਂ ਫਿਰ ਗਿੱਟਿਆਂ 'ਤੇ ਮਾਰ ਕੇ ਗਿੱਟੇ ਸਾਫ਼ ਕੀਤੇ ਜਾਂਦੇ ਸਨ, ਅਤੇ ਫਿਰ ਤਾਂ ਖੁਦ ਹੀ ਕਰਨ ਲੱਗ ਗਏ, ਲੇਕਿਨ ਛੋਟੇ ਹੁੰਦੇ ਸਨ ਬਸ ਬਈ, ਫਿਰ ਉਦੋਂ ਅੰਮੀ ਫਿਰ ਇੰਨੀ ਜ਼ੋਰ ਦੀ ਉਹ ਲੱਗਦਾ ਹੁੰਦਾ ਸੀ, ਚੀਕਾਂ ਪੈਂਦੀਆਂ ਹੁੰਦੀਆਂ ਸਨ। ਲੇਕਿਨ ਚਾਵਾਂ ਹਰ ਘਰ 'ਚ ਇਸਤੇਮਾਲ ਹੁੰਦਾ ਸੀ, ਅਤੇ ਵਾਲ ਜਿਹੜੇ ਨੇ ਉਹ ਧੁੱਪ ਵਿੱਚ ਹੀ ਬਹਿ ਕੇ ਸੁਕਾਏ ਜਾਂਦੇ ਸਨ, ਜਾਂ ਜਿਵੇਂ ਗਰਮੀਆਂ ਨੇ ਧੁੱਪ ਨਹੀਂ ਹੈ ਤਾਂ ਖੁੱਲ੍ਹੇ ਛੱਡ ਦਿੱਤੇ ਜਾਂਦੇ ਸਨ, ਥੋੜ੍ਹੀ ਦੇਰ ਉਹ ਹਵਾ ਨਾਲ ਸੁੱਕ ਜਾਂਦੇ ਸਨ, ਫਿਰ ਉਹਦੀ ਗੁੱਤ ਕੀਤੀ ਜਾਂਦੀ ਸੀ।
ਪਰ ਇੱਥੇ ਤਾਂ ਇੰਨੀ ਮੁਸੀਬਤ ਹੈ ਕਿ ਅਗਰ ਤੁਸੀਂ ਉਹ ਹੇਅਰ ਡਰਾਇਰ ਨਾ ਇਸਤੇਮਾਲ ਕਰੋ ਤਾਂ ਫਿਰ ਉਹ ਵਾਲ ਹੀ ਨਹੀਂ ਸੁੱਕਦੇ, ਉਹ ਗਿੱਲੇ ਹੀ ਰਹਿੰਦੇ ਨੇ, ਸ਼ਾਮ ਤੱਕ ਗਿੱਲੇ ਰਹਿੰਦੇ ਨੇ, ਤੁਹਾਡੀ ਵਿੱਚੀ ਠੰਡੀ ਰਹਿੰਦੀ ਹੈ, ਜਦੋਂ ਨਹਾਓ ਤਾਂ ਉਹਦੇ 'ਚ ਨਹਾਉਣ ਤੋਂ ਡਰ ਲੱਗਦਾ, ਅਤੇ ਜਾਂ ਫਿਰ ਤੁਸੀਂ ਹੇਅਰ ਡਰਾਇਰ ਇਸਤੇਮਾਲ ਕਰੋ। ਅਤੇ ਹੇਅਰ ਡਰਾਇਰ ਇਸਤੇਮਾਲ ਕਰਦੇ ਮੈਨੂੰ ਸੱਚੀ ਗੱਲ ਬੜਾ ਡਰ ਲੱਗਦਾ ਵੇ, ਇਹ ਸਹੂਲਤ ਤਾਂ ਬਹੁਤ ਹੈ ਲੇਕਿਨ ਉਹਦੇ ਨਾਲ ਫਿਰ ਵਾਲ ਗਿਰਦੇ ਬਹੁਤ ਨੇ। ਮੈਂ ਜਦੋਂ ਕਰੋਨਾ ਮੈਨੂੰ ਹੋਇਆ ਨਾ, ਮਰ ਮਰ ਕੇ ਹੀ ਬਚੇ ਸਨ, ਅੱਲਾ ਦਾ ਸ਼ੁਕਰ ਹੈ ਅੱਲਾ ਨੇ ਬਚਾ ਲਿਆ ਸੀ, ਲੇਕਿਨ ਮੇਰੇ ਵਾਲ ਬਹੁਤ ਤੇਜ਼ੀ ਨਾਲ ਗਿਰੇ ਸਨ, ਮੇਰੇ ਇੱਕ ਸਾਈਡ 'ਤੇ ਪੂਰਾ ਇੱਕ ਇੱਕ ਇੰਨਾ ਪੈਚ ਬਣ ਗਿਆ ਸੀ, ਤਕਰੀਬਨ ਗੰਜ ਪਣ ਦਾ, ਅਤੇ ਬੜਾ ਉਹ ਹੋ ਗਿਆ ਸੀ ਕਿ ਬਈ ਹੁਣ ਪਤਾ ਨਹੀਂ ਉੱਗਣਗੇ ਕਿ ਨਹੀਂ, ਥੋੜ੍ਹੇ ਬਹੁਤ ਹੋ ਗਏ ਨੇ, ਹਾਲੇ ਵੀ ਮੇਰੇ ਥੋੜ੍ਹਾ ਜਿਹਾ ਇੱਥੋਂ ਇੱਕ ਹੈਗਾ ਪੋਰਸ਼ਨ ਐਸਾ ਕਿ ਇੱਥੇ ਥੋੜ੍ਹੇ ਨਜ਼ਰ ਆਉਂਦੇ ਨੇ, ਲੇਕਿਨ ਲੇਕਿਨ ਸ਼ੁਕਰ ਹੈ ਬਹੁਤ ਜ਼ਿਆਦਾ ਜਿਹੜਾ ਹੋਇਆ ਸੀ ਉਹ ਕੱਟ ਹੋ ਗਿਆ। ਹੁਣ ਇਸ ਤੋਂ ਮੈਂ ਹੇਅਰ ਡਰਾਇਰ ਬਿਲਕੁਲ ਇਸਤੇਮਾਲ ਨਹੀਂ ਕਰਦੀ ਕਿ ਵੀ ਗੰਜੇ ਹੋ ਗਏ ਤਾਂ ਦੱਸੋ ਫਿਰ ਕੀ ਲੱਗਾਂਗੇ, ਐਂ ਤਾਂ ਫਿਰ ਟੀਂਡੀ ਸ਼ਕਲ ਲੈ ਕੇ ਫਿਰ ਫਿਰਾਂਗੇ, ਤਾਂ ਬਿਹਤਰ ਹੈ ਕਿ ਥੋੜ੍ਹੀ ਜਿਹੀ ਸਰਦੀ ਬਰਦਾਸ਼ਤ ਕਰ ਲਓ ਅਤੇ ਟਿੰਡ ਤੋਂ ਬਚ ਜਾਓ ਜੇ ਤੁਸੀਂ ਟਿੰਡ ਹੋਵੇ ਨਾ। ਸਾਡੇ ਅਕਸਰ ਬਜ਼ੁਰਗਾਂ ਦੀ ਹੁੰਦੀ ਸੀ ਨਾ ਜ਼ਮਾਨੇ 'ਚ ਟਿੰਡ, ਜਿਹਦੀ ਟਿੰਡ ਹੁੰਦੀ ਸੀ ਉਹਨੂੰ ਕਹਿ ਦਿੱਤਾ ਜਾਂਦਾ ਸੀ ਭਾ ਟਿੰਡਾ, ਉਹਦਾ ਟਿੰਡਾ ਨਾਂ ਪੈ ਜਾਂਦਾ ਹੁੰਦਾ ਸੀ, ਅਸੀਂ ਭਾ ਟਿੰਡਾ ਬਣਨ ਤੋਂ ਬਚਣ ਵਾਸਤੇ ਨਾ ਫਿਰ ਅਸੀਂ ਇਹ ਕਰ ਲੈਂਦੇ ਹਾਂ ਕਿ ਚਲੋ ਥੋੜ੍ਹਾ ਜਿਹਾ ਉਸ ਤਰ੍ਹਾਂ ਹੀ ਵਾਲ ਜਿਹੜੇ ਨਾ ਖੁਸ਼ਕ ਹੋ ਜਾਣ ਕਿ ਕੋਈ ਸਾਨੂੰ ਭਾ ਟਿੰਡਾ ਨਾ ਕਵੇ ਬਈ ਐਸੇ ਅਸੀਂ ਭਾ ਟਿੰਡੇ ਨਹੀਂ ਹਾਂ। ਅਤੇ ਹਾਏ ਮਾਵਾਂ ਠੰਡੀਆਂ ਛਾਵਾਂ, ਮਾਂ ਦੇ ਜਾਣ ਤੋਂ ਬਾਅਦ ਮੁਹਾਵਰਾ ਸਮਝ ਆਇਆ ਉਸ ਮਾਂ ਕਹਿੰਦੇ ਨੇ, ਬਾਕੀ ਬਈ ਮਾਂ ਦੇ ਜਾਣ ਤੋਂ ਬਾਅਦ ਹੀ ਬਹੁਤ ਸਾਰੀਆਂ ਗੱਲਾਂ ਮਾਵਾਂ ਦੇ ਜਾਣ ਤੋਂ ਬਾਅਦ ਸਮਝ ਲੱਗਦੀਆਂ ਨੇ। ਅਤੇ ਕਿਰਨ ਫਾਤਮਾ ਇੱਕ ਨਵਾਂ ਇਜ਼ਾਫਾ ਨੇ, ਉਹਨਾਂ ਨੇ ਕਮੈਂਟ ਕੀਤਾ ਵੇ ਅਤੇ ਉਹਨਾਂ ਨੇ ਕਿਹਾ ਕਿ ਬੜੀ ਗੁੱਡ ਵੀਡੀਓ ਲੱਗੀ ਹੈ ਅਤੇ ਨਾ ਉਹਨਾਂ ਨੇ ਬੜੀ ਤਾਰੀਫ ਕੀਤੀ ਹੈ। ਬਹੁਤ ਸ਼ੁਕਰੀਆ ਕਿਰਨ ਤੁਹਾਡੀ ਮੁਹੱਬਤਾਂ ਦਾ ਕਿ ਤੁਸੀਂ ਸਾਡੇ ਵਿਹੜੇ 'ਚ ਆਏ, ਗੇੜਾ ਲਾਇਆ, ਗੇੜਾ ਲਾ ਕੇ ਇੱਥੋਂ ਲੰਘੇ ਹੋ, ਅਤੇ ਬਹੁਤ ਸ਼ੁਕਰੀਆ। ਅਤੇ ਸ਼ਫਾਕ ਕਹਿ ਰਹੇ ਨੇ ਬਹੁਤ ਖੂਬ, ਸ਼ਫਾਕ ਨੇ ਬਹੁਤ ਚੰਗੀ ਲੱਗ ਗਈਆਂ ਮੇਰੀਆਂ ਗੱਲਾਂ ਅਤੇ ਲਾਈਵਾਂ ਨੇ, ਹੱਸਦੇ ਮਾਮੂਲ ਦਿਲ ਭੇਜ ਦਿੱਤਾ ਵੇ। ਅਤੇ ਨਸੀਮਾ ਡਾਰ ਕਹਿ ਰਹੇ ਨੇ ਸਾਲਨ ਪਕੌੜਾ ਜਿਹੜਾ ਨਾ ਨਾਨ ਵਾਲਾ ਜਿਹੜਾ ਵੀ ਬੜਾ ਚੰਗਾ ਪਿਆ ਲੱਗਦਾ ਵੀ, ਬੜੀ ਲੰਮੀ ਯੁੱਗ ਹੈ ਅਤੇ ਗੱਲਾਂ ਤਾਂ ਤੁਹਾਡੀਆਂ ਵੀ ਬੜੀਆਂ ਚੰਗੀਆਂ ਲੱਗਦੀਆਂ ਨੇ ਮੈਨੂੰ, ਅਤੇ ਮਜ਼ਾ ਆ ਜਾਂਦਾ ਸੁਣ ਕੇ ਨਾ, ਬੜੇ ਮਜ਼ਾ ਆ ਜਾਂਦਾ ਵੀ ਅਤੇ ਬੜੇ ਮੈਂ ਅੱਛੀ ਮੈਨੂੰ ਫੀਲ ਹੁੰਦਾ। ਚਲੋ ਜੀ, ਬਹੁਤ ਸ਼ੁਕਰੀਆ ਨਸੀਮਾ ਤੁਹਾਡੀਆਂ ਮੁਹੱਬਤਾਂ ਦਾ, ਤੁਸੀਂ ਕਿਉਂਕਿ ਉਸ ਜ਼ਮਾਨੇ ਦੇ ਹੀ ਹੋ ਅਤੇ ਉਸ ਜ਼ਮਾਨੇ ਦੇ ਫਿਰ ਲੋਕ ਸਾਰੇ ਅਸੀਂ ਬਹਿ ਕੇ ਜਦੋਂ ਉਸ ਵਿਹੜੇ 'ਚ ਬਹਿੰਦੇ ਹਾਂ ਅਤੇ ਉਹ ਯਾਦਾਂ ਫਿਰ ਰੀਫਰੈਸ਼ ਕਰਨੇ ਆ ਨਾ, ਅਤੇ ਉਹ ਫਿਰ ਉਹ ਬੜਾ ਚੰਗਾ ਲੱਗਦਾ ਵੇ। ਅਤੇ ਬਾਕੀ ਸ਼ਮਾ ਚੌਧਰੀ ਨੇ ਲਿਖਿਆ ਵੇ ਕਿ ਨਾਨ ਪਕੌੜਾ ਬੜੀ ਬੜਾ ਐਬਸਲੂਟਲੀ ਡਿਲੀਸ਼ੀਅਸ ਪਿਆ ਲੱਗਦਾ ਲੋਕਸ ਦੀ ਜਿਹੜੀ ਹੈ ਨਾ, ਤਾਂ ਤੁਸੀਂ ਸਿੰਪਲ ਫੂਡ ਉਹਨਾਂ ਨੇ ਕਿਹਾ ਬੈਸਟ ਹੁੰਦਾ ਵੇ, ਅਤੇ ਬਾਕੀ ਵੀ ਸਿੰਪਲ ਫੂਡ ਬੈਸਟ ਹੁੰਦਾ ਵੇ, ਸਾਦੇ ਸਾਦੇ ਖਾਣੇ ਖਾਓ, ਦੂਸਰੇ ਵੀ ਖਾਓ, ਐਸੀ ਗੱਲ ਨਹੀਂ ਹੈ ਕਿ ਤੁਸੀਂ ਕਦੀ ਬਾਹਰ, ਬੰਦਾ ਹੋਟਲਿੰਗ ਵੀ ਕਰਦਾ ਬਾਹਰ ਦੇ ਵੀ ਖਾ ਲੈਂਦਾ ਵੇ, ਅਤੇ ਬੰਦਾ ਕੀ ਕਹਿੰਦੇ ਨੇ ਘਰ 'ਚ ਵੀ ਅੱਛੇ ਅੱਛੇ ਹੋਰ ਖਾਣੇ ਬਣਾ ਕੇ ਖਾ ਲੈਂਦਾ ਵੇ, ਲੇਕਿਨ ਕੋਸ਼ਿਸ਼ ਆ ਕਰਨੀ ਚਾਹੀਦੀ ਹੈ ਸਾਦਾ ਖਾਈਏ, ਭਾਵੇਂ ਤੁਸੀਂ ਮੈਂ ਕਹਿੰਦੀ ਰੋਜ਼ ਬਰਗਨ ਖਾਓ, ਤੁਹਾਡੀ ਉਹ ਚੋਇਸ ਹੈ, ਲੇਕਿਨ ਜਿਹੜਾ ਬਚ ਜਾਵੇ ਬਸ ਉਹਨੂੰ ਨਾ ਸੁੱਟੋ, ਮੇਰੀ 'ਚ ਇਹੀ ਕੋਸ਼ਿਸ਼ ਹੁੰਦੀ ਹੈ। ਹਾਂਡੀ ਭਾਵੇਂ ਮੇਰੀ ਹੁਣ ਸੜ ਜਾਵੇ ਅਤੇ ਮੈਂ ਤੁਹਾਨੂੰ ਲੱਗੀ ਖਿਤਾਬ ਕਰਨ, ਇੱਕ ਮਿੰਟ ਮੈਨੂੰ ਹਿਲਾ ਕੇ ਆਉਂਦੀ ਹੈ। ਨਸੀਮਾ ਡਾਰ ਨੂੰ ਬੜਾ ਚੰਗਾ ਲੱਗਿਆ ਅਤੇ ਸ਼ਮਾ ਨੂੰ ਵੀ ਬੜਾ ਚੰਗਾ ਲੱਗਿਆ। ਅਤੇ ਨਾਹੀਦ ਮਹਿਮੂਦ ਨੇ ਕਿਹਾ ਵਾਹ ਬਾਜੀ ਪਰਾਠਾ ਬਹੁਤ ਲੱਗ ਰਿਹਾ ਵੇ, ਖੁਸ਼ ਜ਼ਾਇਕਾ, ਓਏ ਹੋਏ ਖੁਸ਼ ਜ਼ਾਇਕਾ ਲੱਗ ਰਿਹਾ ਹੈ, ਮਾਸ਼ਾਅੱਲਾ। ਉਹਨੇ ਕਿਹਾ ਬੜਾ ਖੁਸ਼ ਜ਼ਾਇਕਾ ਪਿਆ ਲੱਗਦਾ ਵੇ, ਜਦ ਤੁਸੀਂ ਨਾਹੀਦ ਟਰਾਈ ਕਰੀਓ ਤਾਂ ਜ਼ਰੂਰ ਅੱਛਾ ਲੱਗੇਗਾ, ਗਰਮ ਗਰਮ ਪਰਗੀ ਸ਼ਰਤ ਹੈ ਕਿ ਗਰਮ ਗਰਮ ਖਾਓ। ਅਤੇ ਨੀਲੋਫਰ ਬਾਸਿਤ ਲਿਖਦੇ ਨੇ ਕਿ ਸ਼ੁਕਰੀਆ ਇਤਨਾ ਖੂਬਸੂਰਤ ਸੌਂਗ ਮੇਰੇ ਲਈ ਗਾਣੇ ਕਾ, ਉਹਨਾਂ ਨੂੰ ਸ਼ੁਕਰੀਆ ਅਦਾ ਕੀਤਾ ਕਿ ਤੁਸੀਂ ਇੰਨਾ ਸੋਹਣਾ ਗਾਣਾ ਮੇਰੇ ਲਈ ਗਾਇਆ ਵੇ।
ਤਾਂ ਬਹੁਤ ਸ਼ੁਕਰੀਆ। ਉਹਨਾਂ ਨੇ ਕਿਹਾ ਵੀ ਤੁਸੀਂ ਇਹ ਬਣਾ ਕੇ ਖਾਵੋ, ਇਹ ਜਿਹੜੀ ਖਸ਼ਖਾਸ਼ ਨੂੰ ਪੀਸ ਕੇ ਅਤੇ ਉਹਨੂੰ ਇੱਕ ਕੱਪ ਦੁੱਧ ਅਤੇ ਇੱਕ ਕੱਪ ਪਾਣੀ 'ਚ ਪਕਾ ਲਵੋ, ਫਿਰ ਇੰਨਾ ਪਕਾਓ ਕਿ ਇੱਕ ਕੱਪ ਜਿਹੜਾ ਨਾ ਰਹਿ ਜਾਵੇ, ਰਾਤੀ ਬਸ ਸੌਣ ਲੱਗੇ ਪੀ ਲਵੋ। ਪੀ ਜਾ ਤੱਕ ਤਕਾ ਕੇ ਸੁਰ ਬੰਨੇਗਾ ਅੰਦਰ ਜਾ ਕੇ, ਪੀ ਜਾ ਤੱਕ ਤਕਾ ਕੇ ਸੁਰ ਬੰਨੇਗਾ ਅੰਦਰ ਜਾ ਕੇ, ਉਹ ਤੱਕ ਤੱਕ ਪੀ ਜਾਇਆ ਕਰੋ ਤਾਂ ਕੁਛ ਨਹੀਂ ਹੋਣਾ। ਉਹਨਾਂ ਨੇ ਕਿਹਾ ਮੈਂ ਵੀ ਪੀਨੀ ਹਾਂ, ਕੋਈ ਟੈਨਸ਼ਨ ਨਹੀਂ, ਬੰਦਾ ਹੁੰਦਾ ਆਰਾਮ ਨਾਲ, ਬੜਾ ਬਹੁਤ ਫਾਇਦਾ ਕਰਦਾ, ਰੇਸ਼ੇ ਨੂੰ ਖਤਮ ਕਰਦਾ ਵੇ ਨੁਸਖਾ, ਅਤੇ ਤੁਹਾਡਾ ਸਾਰਾ ਰੇਸ਼ਾ ਉਹਨੇ ਖਤਮ ਕਰ ਦੇਣਾ ਵੇ। ਅਤੇ ਤੁਸੀਂ ਇਹ ਜ਼ਰੂਰ ਟਰਾਈ ਕਰੋ, ਜਿਹੜਾ ਕੀ ਕਹਿੰਦੇ ਨੇ, ਮੈਂ ਜ਼ਰੂਰ ਟਰਾਈ ਕਰਾਂਗੀ ਕੀ ਕਹਿੰਦੇ ਨੇ, ਤੁਸੀਂ ਕੀ ਕਹਿੰਦੇ ਇੰਨਾ ਅੱਛਾ ਨੁਸਖਾ ਦੱਸਿਆ ਵੀ ਮੈਨੂੰ ਨੀਲੋਫਰ, ਲੇਕਿਨ ਇਹ ਵੀ ਕਿ ਮੇਰੇ ਕੋਲ, ਮੈਂ ਅੱਜ ਤਲਾਸ਼ ਕੀਤਾ, ਯਕੀਨ ਮੰਨੋ ਕਿ ਮੈਂ ਅੱਜ ਬੈਠੀ ਨਾ, ਥੋੜ੍ਹੀ ਜਿਹੀ ਮੇਰੇ ਕੋਲ ਗਲਤੀ ਹੋ ਗਈ ਕਿ ਮੈਂ ਆਪਣੀ ਕਲੰਜੀ ਰੱਖਣ ਲੱਗੀ ਸਾਂ, ਇੱਕਦਮ ਮੇਰੇ ਹੱਥੋਂ ਛੁੱਟ ਗਈ ਨਾ, ਤਾਂ ਸ਼ੀਸ਼ੀ ਟੁੱਟ ਗਈ ਔਰ ਬਿਖਰ ਗਈ ਉਹ ਸਾਰੀ, ਅਤੇ ਉਹ ਮੈਨੂੰ ਬੜਾ ਟਾਈਮ ਲੱਗ ਗਿਆ ਉਹਨੂੰ ਸਮੇਟਣ ਵਿੱਚ, ਇੰਨਾ ਖਲਾਰਾ ਮੇਰਾ ਪੈ ਗਿਆ, ਅਤੇ ਅਜੇ ਨਾ ਸਾਰੇ ਤੋੜ ਤੋ ਰਿਸ਼ਤੇ ਅਜੇ ਗੁਜ਼ਾਰਾ ਹੋ ਸਕਦਾ ਹੈ, ਅੱਥਰੂ ਤਾਰਾ ਹੋ ਸਕਦਾ ਵੇ, ਉਹ ਸਾਵੇ ਕਿ ਉਹ ਫਿਰ ਇੰਨਾ ਖਲਾਰਾ ਪੈ ਗਿਆ ਕਿ ਮੈਂ ਫਿਰ ਕੀ ਕਹਿੰਦੇ ਨੂੰ ਸਾਰਾ ਸਾਫ਼ ਸੁਫ ਕੀਤਾ, ਅਤੇ ਤਦੇ ਮੈਨੂੰ ਦੇਰ ਹੋ ਗਈ ਨਹਾਉਣ ਵਿੱਚ ਵੀ, ਹੁਣ ਮੈਨੂੰ ਹਾਲੇ ਤੱਕ ਮਿਲੀ ਨਹੀਂ ਹੈ, ਇੱਕ ਸ਼ੀਸ਼ੀ 'ਚ ਪਈ ਸੀ, ਸ਼ਾਇਦ ਕਿਤੇ ਸੁੱਟ ਸੁੱਟ ਦਿੱਤੀ ਹੈ ਕਿ, ਲੇਕਿਨ ਨਹੀਂ ਵੀ, ਤਾਂ ਮੈਂ ਜਿਸ ਦਿਨ ਵੀ ਮੇਰਾ ਬਾਜ਼ਾਰ ਜਾਣਾ ਹੋਇਆ ਨਾ, ਹੁਣ ਮੈਂ ਜਾਵਾਂਗੀ ਵੀਕਐਂਡ 'ਤੇ ਜਾਂ ਜਿਸ ਦਿਨ ਵੀ ਏਸ਼ੀਅਨ ਸ਼ੌਪ ਤੋਂ, ਉੱਥੋਂ ਫਿਰ ਮੈਂ ਲੈ ਕੇ ਆ ਜਾਵਾਂਗੀ, ਅਤੇ ਮੈਂ ਜ਼ਰੂਰ ਇਸਤੇਮਾਲ ਕਰਾਂਗੀ, ਕਿਉਂਕਿ ਮੈਂ ਐਸੀ ਪਰਸਨੈਲਿਟੀ ਹੋ, ਤੁਸੀਂ ਕੱਲ੍ਹ ਮੈਨੂੰ ਕਿਹਾ ਸੀ ਨਾ ਬੜੀ ਦਿਲਚਸਪ ਪਰਸਨੈਲਿਟੀ ਹੋ, ਅਤੇ ਦਿਲਚਸਪ ਪਰਸਨੈਲਿਟੀ ਜਿਹੜੀ ਹੈ ਨਾ, ਇਹਨੂੰ ਇਹ ਟੋਟਕੇ ਜਿਹੜੇ ਨਾ ਬੜੇ ਪਸੰਦ ਨੇ, ਅਸੀਂ ਕਿਉਂਕਿ ਜਿਹੜਾ ਆਪਣਾ ਬਚਪਨ ਗੁਜ਼ਾਰਿਆ ਨਾ, ਉਹ ਟੋਟਕਿਆਂ ਦੇ ਸਹਾਰੇ ਗੁਜ਼ਾਰਿਆ, ਬਹੁਤ ਦਵਾਈ ਇਸ ਤਰ੍ਹਾਂ ਆਮ ਨਹੀਂ ਮਿਲਦੀ ਹੁੰਦੀ ਸੀ, ਅਤੇ ਕਦੀ ਗਲਾ ਮਲ ਲੈਣਾ, ਕਦੀ ਕੁਝ ਕਰ ਲੈਣਾ, ਇਹ ਕਰ ਲਓ, ਆਲੂ ਬੁਖਾਰੇ ਦਾ ਸ਼ਰਬਤ ਪੀ ਲਓ, ਅਤੇ ਐਸਾ ਟੋਟਕੇ ਛੋਟਕੇ ਕਰਕੇ ਲੋਕ ਇਲਾਜ ਕਰ ਲੈਂਦੇ ਹੁੰਦੇ ਸਨ, ਕਿੱਥੇ ਇਲਾਜ ਦੀਆਂ ਸਹੂਲਤਾਂ ਸਨ, ਅਤੇ ਸਾਡਾ ਸਾਰਾ ਬਚਪਨ ਇਸ ਤਰ੍ਹਾਂ ਗੁਜ਼ਰਿਆ, ਬਹੁਤ ਕਿ ਸਿਰਫ ਬੁਖਾਰ ਚੜ੍ਹਦਾ ਸੀ ਅਤੇ ਬਸ ਵੀ ਠੀਕ, ਅਸੀਂ 11 ਨੰਬਰ ਦੀ ਬੱਸ ਪੜ੍ਹਨੇ ਹੁੰਦੇ ਸਾਂ ਸੀ, ਅਤੇ ਉਹ ਫਿਰ ਸ਼ੀਸ਼ੀ ਹੱਥ 'ਚ ਫੜ ਲੈਣੀਆਂ, ਅਤੇ 11 ਨੰਬਰ ਦੀ ਬੱਸ, ਅਤੇ ਬਸ ਫਿਰ ਟੁਰ ਟੁਰ ਕੇ 11 ਨੰਬਰ ਦੀ ਬੱਸ ਕਹਿੰਦੇ ਨੇ ਪੈਦਲ ਚੱਲਣ ਨੂੰ, ਐਸਾ ਐਸਾ ਕਰਕੇ ਤੁਸੀਂ ਚੱਲਦੇ ਹੋ ਨਾ ਪੈਦਲ, ਉਹ ਦੀ 11 ਨੰਬਰ ਦੀ ਬੱਸ, ਇਹ 11 ਨੰਬਰ ਦੀ ਬੱਸ ਚੱਲਦੀ ਸੀ, ਫਿਰ ਜਵਾਕ ਇੰਨੀ ਦੂਰ, ਉਹਦਾ ਬਾਅਦ ਇੱਕ ਕੋਨੇ 'ਤੇ ਜਾ ਕੇ ਇੱਕ ਡਾਕਟਰ ਦਾ ਕਲੀਨਿਕ ਹੁੰਦਾ ਸੀ, ਉਹ ਵੀ ਸ਼ਾਮ ਨੂੰ ਖੁੱਲ੍ਹਦਾ ਸੀ, ਦਿਨੇ ਸਾਡੇ ਇਲਾਕੇ 'ਚ ਕੋਈ ਹੋਸਪਿਟਲ ਕੋਈ ਉਹ ਨਹੀਂ ਹੁੰਦਾ ਸੀ, ਪਰ ਸ਼ਾਮ ਨੂੰ ਅੱਬੂ ਨੇ ਆਉਣਾ, ਫਿਰ ਅੱਬੂ ਨੇ ਕਹਿਣਾ ਚਲੋ ਵੀ ਤੁਹਾਨੂੰ ਲੈ ਕੇ ਚੱਲਣਾ ਡਾਕਟਰ ਦੇ ਕੋਲ, ਅੱਬੂ ਨੇ ਧੋਤੀ ਪਾਈ ਹੁੰਦੀ ਸੀ, ਅੱਬੂ ਅੱਗੇ ਅੱਗੇ ਅਤੇ ਅਸੀਂ ਪਿੱਛੇ ਪਿੱਛੇ, ਬਸ ਬਈ ਦੌੜੀ ਜਾਂਦੇ ਸਾਂ, ਬੁਖਾਰ ਚੜਿਆ ਹੁੰਦਾ ਸੀ, ਹਾਲਤ ਦੇਖ ਵਾਲਾ ਹਿਸਾਬ ਹੁੰਦਾ ਸੀ, ਇਹ ਹਾਲਤ ਸਾਡੀ ਹੁੰਦੀ ਸੀ ਬੁਰੀ, ਪਰ ਐਵੇਂ ਕਿ ਟੁਰਨਾ ਪੈਂਦਾ ਸੀ, ਜੁੱਤੀ ਕਸੂਰੀ ਪੈਰੀ ਨਾ ਪੂਰੀ, ਹਾਏ ਰੱਬਾ ਵੇ ਸਾਨੂੰ ਟੁਰਨਾ ਪਿਆ, ਹਾਏ ਰੱਬਾ ਵੇ ਸਾਨੂੰ ਟੁਰਨਾ ਪਿਆ, ਜਿਨ੍ਹਾਂ ਰਾਵਾਂ ਦੀ ਅਸੀਂ ਕਦਰ ਨਾ ਜਾਣੀ, ਉਹਨਾਂ ਰਾਵਾਂ 'ਤੇ ਸਾਨੂੰ ਮੁੜਨਾ ਪਿਆ, ਅਤੇ ਉਦੋਂ ਅਸੀਂ ਚੁਰਨੇ ਹੁੰਦੇ ਸਾਂ, ਜੁੱਤੀ ਕਸੂਰੀ ਪਾ ਕੇ, ਬਾਟਾ ਦੀ ਜੁੱਤੀ ਪਾ ਕੇ, ਅੱਬੂ ਦੇ ਪਿੱਛੇ ਸ਼ੂਟ ਲਾਈ ਹੁੰਦੀ ਸੀ ਅਸੀਂ, ਅਤੇ ਡਾਕਟਰ ਕੋਲ ਪਹੁੰਚਦੇ ਪਹੁੰਚਦੇ ਤਾਂ ਬੁਖਾਰ ਵੈਸੇ ਹੀ ਕਾਫੀ ਹੱਦ ਤੱਕ ਘੱਟ ਹੋ ਜਾਂਦਾ ਸੀ, ਉਹ ਬੁਖਾਰ ਵੀ ਕਹਿੰਦਾ ਸੀ ਵੀ ਕਿੱਥੇ ਲੈ ਕੇ ਟੁਰ ਪਿਓ ਮੈਨੂੰ, ਮੇਰੇ ਲਈ ਇੱਕ ਜ਼ਮਾਨੇ ਐਸੇ ਸਨ ਕਿ ਟੋਟਕਿਆਂ ਨਾਲ ਇਲਾਜ ਹੁੰਦਾ ਸੀ, ਅਤੇ ਮੈਨੂੰ ਬੜੇ ਅੱਛੇ ਲੱਗਦੇ ਨੇ ਟੋਟਕੇ, ਅੱਜ ਕੱਲ੍ਹ ਦੇ ਬੱਚੇ, ਸਾਡੇ ਬੱਚੇ ਨਹੀਂ ਮੰਨਦੇ ਇਹਨਾਂ ਚੀਜ਼ਾਂ ਨੂੰ, ਅਤੇ ਉਹ ਕਿਤੇ ਜਾਂਦਾ, ਲੇਕਿਨ ਮੇਰੀ ਪਹਿਲੀ ਕੋਸ਼ਿਸ਼ ਇਹ ਹੁੰਦੀ ਹੈ ਕਿ ਮੈਂ ਅਦਰਕ ਦਾ ਕਾਹਵਾ ਪੀ ਲਵਾਂ, ਮੈਂ ਕੁਛ ਇਹ ਕਰ ਲਵਾਂ, ਮੈਂ ਇਹ ਟੋਟਕਾ ਯੂਜ਼ ਕਰ ਲਵਾਂ,
ਅਗਰ ਨਹੀਂ ਆਰਾਮ ਆਉਂਦਾ ਫਿਰ ਤੁਸੀਂ ਡਾਕਟਰ ਕੋਲ ਜਾਣਾ ਹੀ ਹੈ ਨਾ ਵੀ, ਫਿਰ ਤਾਂ ਤੁਸੀਂ ਫਾਹੇ ਪੈਣਾ ਹੀ ਹੈ, ਅੜਨਾ ਹੀ ਹੈ, ਫਾਹੇ ਲੱਗਣਾ ਹੀ ਹੈ। ਉਸ ਤੋਂ ਪਹਿਲਾਂ ਤੁਸੀਂ ਕੁਝ ਟੋਟਕਾ ਛੋਟਕਾ ਕਰਕੇ ਦੇਖ ਲਓ ਜੇ ਫਾਇਦਾ ਆ ਜਾਵੇ। ਅਤੇ ਮੈਂ ਤਾਂ ਹਮੇਸ਼ਾ ਹੁੰਦੀ ਹੈ ਕਿ ਜਿਵੇਂ ਮੇਰਾ ਗਲਾ ਖਰਾਬ ਹੁੰਦਾ, ਗਰਾਰੀ ਕਰ ਲਏ, ਨਮਕ ਪਾ ਕੇ ਕੁਛ ਇਹ ਕਰ ਲਿਆ, ਅਦਰਕ ਦਾ ਕਾਹਵਾ ਪੀ ਲਓ, ਇਸ ਤਰ੍ਹਾਂ ਦੇ ਮੈਂ ਕਰਦੀ ਰਹਿੰਦੀ ਹਾਂ। ਔਰ ਮੈਨੂੰ ਟੋਟਕਿਆਂ 'ਤੇ ਬੜਾ ਵੀ ਭਰੋਸਾ ਵੀ ਹੈ, ਹਾਂ ਭਰੋਸਾ ਹੈ, ਨਾਮ ਹੈ ਇਤਮਾਦ ਕਾ, ਅਤੇ ਉਹ ਸਾਰਾ ਇੱਕ ਸਾਨੂੰ ਬੜਾ ਭਰੋਸਾ ਵੇ ਬਈ। ਅਤੇ ਬਹੁਤ ਸ਼ੁਕਰੀਆ ਨੀਲੋਫਰ, ਤੁਸੀਂ ਇੰਨਾ ਅੱਛਾ ਮੈਨੂੰ ਕੀ ਕਹਿੰਦੇ ਨੇ ਦੱਸਿਆ ਟੋਟਕਾ, ਅਤੇ ਅੱਛਾ ਜੀ। ਅਤੇ ਬਾਕੀ ਅਸਲਾਮੁ ਅਲੈਕੁਮ ਜਹਾਰਾ ਅੱਗੇ ਨੇ, ਬੜੇ ਦਿਨਾਂ ਬਾਅਦ ਜਹਾਰਾ ਦਾ ਕਮੈਂਟ ਆਇਆ ਵੀ ਜਹਾਰਾ ਸਲਾਮ ਕਹਿ ਰਹੇ ਨੇ ਅਤੇ ਤਬੀਅਤ ਦਾ ਪੁੱਛ ਰਹੇ ਨੇ, ਅਤੇ ਉਹਨੇ ਕਿਹਾ ਵੀ ਖੈਰ ਨਾਲ ਖਾਈ ਜਾਓ ਤੁਸੀਂ ਪਕੌੜੇ। ਅਤੇ ਉਹਨਾਂ ਨੇ ਕਿਹਾ ਕਿ ਰੂਟੀਨ ਮੇਰੀ ਕਾਫੀ ਬਿਜ਼ੀ ਸੀ ਨਾ, ਅਤੇ ਇਸ ਤੋਂ ਮੈਂ ਤੁਹਾਡੇ ਵਲੌਗ 'ਤੇ ਮੈਂ ਦੇਖਦੀ ਰਹੀ ਹਾਂ, ਪਰ ਇਹਦੇ ਕਿ ਮੈਂ ਕਮੈਂਟ ਨਹੀਂ ਕਰ ਸਕੀ ਕਿਉਂਕਿ ਬੜਾ ਬਿਜ਼ੀ ਚੱਲ ਰਿਹਾ ਸੀ। ਅਤੇ ਆਪਣੀ ਤਬੀਅਤ ਕੈਸੀ ਹੈ ਉਹਨਾਂ ਨੂੰ ਪੁੱਛਿਆ ਵੀ, ਤਾਂ ਉਹਨਾਂ ਕਿਹਾ ਖੈਰੀ ਖੈਰੀ ਪਾਕਿਸਤਾਨ ਨਾ ਆਓ ਅਤੇ ਖੈਰ ਨਾਲ ਜਾਓ ਅਤੇ ਮੁਝ ਮੈਨੂੰ ਵੀ ਮਿਲੋ। ਤਾਂ ਜੀ ਠੀਕ ਹੈ, ਇਨਸ਼ਾਅੱਲਾ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਮੁਹੱਬਤ ਆ ਤਾਂ ਅਲਹਮਦੁਲਿਲਾ ਆਪ ਤੋਂ ਸੇ ਪਾਕਿਸਤਾਨ ਮੇਂ ਹੀ ਕੋਈ ਵੀ ਫਰਮਾਇਸ਼। ਉਹਨਾਂ ਨੇ ਕਿਹਾ ਪਾਕਿਸਤਾਨ 'ਚ, ਉਹਨਾਂ ਨੇ ਕਿਹਾ ਅਲਹਮਦੁਲਿਲਾ ਹਲੇ ਵੀ ਇਸ ਤਰ੍ਹਾਂ ਵੇ ਕਿ ਪਾਕਿਸਤਾਨ 'ਚ ਹਲੇ ਵੀ ਇਹ ਕਿ ਕੋਈ ਕਿਸੇ ਕੋਲ ਫਰਮਾਇਸ਼ ਕਰਦਾ ਨਾ ਤਾਂ ਉਹਦੀ ਫੌਰਨ ਫਰਮਾਇਸ਼ ਪੂਰੀ ਕੀਤੀ ਜਾਂਦੀ। ਬਾਕੀ ਵੀ ਹਾਲੇ ਸਾਡੀਆਂ ਰਵਾਇਤ ਬਾਕੀ ਨੇ ਕਿ ਕਿਸੇ ਨੇ ਫਰਮਾਇਸ਼ ਕਰਤੀ ਅਤੇ ਕਹਿਣਾ ਹਾਂ ਚਾਵਾਂ ਦੇ ਨਾਲ ਫਿਰ ਪਕਾ ਕੇ ਉਹਨੂੰ ਖਿਲਾਇਆ ਜਾਂਦਾ ਵੇ, ਗੋ ਕੇ ਘੱਟ ਹੋ ਗਿਆ ਵੇ, ਲੇਕਿਨ ਫਿਰ ਵੀ ਹਲੇ ਕਈ ਘਰਾਣਿਆਂ 'ਚ ਇਹ ਚੀਜ਼ ਹੈਗੀ ਹੈ। ਮੈਂ ਵੀ ਜਿਵੇਂ ਪਾਕਿਸਤਾਨ ਜਾਂਦੀ ਹਾਂ, ਮੈਂ ਪਹਿਲੀ ਆਪਣੀ ਫਰਮਾਇਸ਼ਾਂ ਨੋਟ ਕਰਵਾ ਦਿੰਦੀ ਹਾਂ ਆਪਣੀ ਭਾਬੀ ਨੂੰ ਵੀ ਕਿ ਬਈ ਉਹਨਾਂ ਦੇ ਹੱਥ ਦੇ ਮੈਨੂੰ ਕਬਾਬ ਬਹੁਤ ਅੱਛੇ ਲੱਗਦੇ ਨੇ, ਉਹਨਾਂ ਦੇ ਹੱਥ ਦਾ ਮੈਨੂੰ ਪਲਾਓ ਬੜਾ ਅੱਛਾ ਲੱਗਦਾ ਵੇ, ਅਤੇ ਉਹ ਕੀ ਕਹਿੰਦੇ ਨੇ ਖੀਰ ਬਹੁਤ ਅੱਛੀ ਬਣਾਉਂਦੇ ਨੇ ਉਹ, ਜਿਹਦੀ ਜਿਹਦੀ ਚੀਜ਼ ਹੈ। ਮੇਰੀ ਸਿਸਟਰ ਜਿਹੜੇ ਬੱਕਰੇ ਦਾ ਗੋਸ਼ਤ ਅਤੇ ਉਹਨਾਂ ਦੇ ਹੱਥ ਦੀਆਂ ਜਿਹੜੀਆਂ ਚੀਜ਼ਾਂ ਲੱਗਦੀਆਂ ਉਹ ਫਿਰ ਅਸੀਂ ਜਾਂਦੇ ਹਾਂ, ਫਿਰ ਫਰਮਾਇਸ਼ੀ ਪ੍ਰੋਗਰਾਮ ਚੱਲਦੇ ਨੇ, ਸਾਨੂੰ ਪਕਾ ਕੇ ਖਿਲਾਇਆ ਜਾਂਦਾ ਸਾਡੀ ਫਰਮਾਇਸ਼ 'ਤੇ। ਔਰ ਫਿਰ ਉਹ ਨਾ ਵੀ ਫਰਮਾਇਸ਼ ਕਰੀਏ ਤਾਂ ਉਹਨਾਂ ਨੂੰ ਸਾਡੀ ਪਤਾ ਵੇ ਕਿ ਸਾਡੀ ਪਸੰਦ ਕੀ ਹੈ, ਤਾਂ ਬੜਾ ਇਹਤਮਾਮ ਹੁੰਦਾ ਵੇ ਬਈ ਹਲੇ ਵੀ ਸਾਡੀ ਇਹ ਰਵਾਇਤ ਬਾਕੀ ਨੇ। ਸ਼ੁਕਰ ਜ਼ਿੰਦਾ ਹੈ, ਹਮ ਜ਼ਿੰਦਾ ਕੌਮ ਹੈ, ਪਾਇੰਦਾ ਕੌਮ ਹੈ, ਹਮ ਸਭ ਕੀ ਹੈ ਪਹਿਚਾਨ, ਹਮ ਸਭ ਕਾ ਪਾਕਿਸਤਾਨ, ਪਾਕਿਸਤਾਨ, ਹਮ ਸਭ ਕਾ ਪਾਕਿਸਤਾਨ। ਅਤੇ ਲਓ ਵੀ ਅੱਜ ਪਾਕਿਸਤਾਨ ਦੇ ਵੀ ਦੋ ਮੈਂ ਗੀਤ ਗਾ ਦਿੱਤੇ ਨੇ, ਅਤੇ ਚਲੋ ਜੀ ਹੁਣ ਅਸੀਂ ਹਾਂਡੀ ਨੂੰ ਦੇਖ ਲਈਏ, ਭਾਵੇਂ ਸੜ ਕੇ ਸਵਾਹ ਹੋ ਗਈ ਹੋਵੇ। ਮੈਂ ਹਲਕੀ ਅੱਗ 'ਤੇ ਤੇ ਇਹਨੂੰ ਦੂਸਰੇ ਚੁੱਲ੍ਹੇ 'ਤੇ ਰੱਖ ਗਈ ਸਾਂ, ਕਿਉਂਕਿ ਉਸਦੀ ਅੱਗ ਜਿਹੜੀ ਬਹੁਤ ਹੀ ਘੱਟ ਹੈ, ਇਸ ਤੋਂ ਮੈਂ ਉਸ ਚੁੱਲ੍ਹੇ 'ਤੇ ਰੱਖ ਗਈ ਸਾਂ। ਅਤੇ ਹੁਣ ਇਹਦਾ ਢੱਕਣ ਇਹਦਾ ਕੀ ਕਹਿੰਦੇ ਨਕਾਬ ਕਸ਼ਾਈ ਕਰਨੇ ਆ ਜੀ ਇਸ ਖਾਣੇ ਦੀ, ਅਸੀਂ ਕਿ ਇਹਦਾ ਨਕਾਬ ਚੁੱਕਦੇ ਹਾਂ। ਘੁੰਗਟਾ ਖੋਲਣਾ ਘੁੰਗਟਾ, ਘੁੰਗਟਾ ਖੋਲਣਾ ਘੁੰਗਟਾ, ਅਤੇ ਲੋਕ ਘੁੰਗਟਾ ਅਸੀਂ ਚੁੱਕ ਦਿੱਤਾ ਵੇ ਇਹਦਾ, ਤਾਂ ਬੜੀ ਲੁੱਕ ਤਾਂ ਬੜੀ ਵੀ ਚੰਗੀ ਵੀ ਲੱਗਦੀ ਹੈ। ਇਹ ਮੈਨੂੰ ਸੌਲਤ ਹੁਸੈਨ ਦੱਸਣਗੇ, ਸੌਲਤ ਹੁਸੈਨ ਦੇ ਘਰ ਦੀ ਡਿਸ਼ ਹੈ, ਕਿ ਸੌਲਤ ਹੁਸੈਨ ਦੱਸਣਗੇ ਕਿ ਵੀ ਕੈਸੀ ਬਣੀ ਹੈ। ਇਹ ਸਾਰਾ ਤਿਆਰ ਹੋ ਚੁੱਕੀ ਹੈ ਹਾਂਡੀ, ਇਹਦੇ ਵਿੱਚ ਅਸੀਂ ਉਬਲੇ ਅੰਡੇ ਜਿਹੜੇ ਨੇ ਨਾ ਦੇਖ ਲਓ ਅਸੀਂ ਸ਼ਾਮਿਲ ਕਰ ਦਿੱਤੇ ਨੇ, ਇਹਨੂੰ ਅਸੀਂ ਥੋੜ੍ਹਾ ਜਿਹਾ ਮਿਕਸ ਕਰ ਦੇਣਾ ਵੇ ਗੋਭੀ ਦੇ ਵਿੱਚ ਉਬਲੇ ਹੋਏ ਅੰਡੇ। ਅਤੇ ਹੁਣ ਮੈਂ ਵੀ ਪਹਿਲੀ ਦਫ਼ਾ ਹੀ ਖਾਣੀ ਹੈ, ਅਤੇ ਮੈਂ ਖਾ ਕੇ ਨਾ ਤੁਹਾਨੂੰ ਦੱਸਾਂਗੀ ਹੁਣ ਇਸ, ਕਿਉਂਕਿ ਇਹ ਮੇਰੀ ਵੀਡੀਓ ਖਾਸੀ ਲੰਬੀ ਹੋ ਗਈ ਹੈ, ਮੈਂ ਕੱਲ੍ਹ ਤੁਹਾਨੂੰ ਖਾ ਕੇ ਫਿਰ ਇਹਦਾ ਰਿਜ਼ਲਟ ਦੱਸਾਂਗੀ, ਇਸਦਾ ਰਿਜ਼ਲਟ ਹਮ ਬਤਾਏਂਗੇ। ਇਹ ਲਓ ਜੀ ਦੇਖ ਲਓ ਹਾਂਡੀ ਸਾਡੀ ਬਿਲਕੁਲ ਤਿਆਰ ਹੈ, ਉੱਤੇ ਅਸੀਂ ਪਾ ਦਿੰਦੇ ਹਾਂ ਸੋਹਣਾ ਸੋਹਣਾ ਪੁਦੀਨਾ, ਉਹ ਧਨੀਆ, ਸੋਰੀ ਜੋਸ਼ ਜਜ਼ਬਾਤ ਵਿੱਚ ਕਦੀ ਕਦੀ ਗਲਤ ਲਫ਼ਜ਼ ਵੀ ਨਿਕਲ ਜਾਂਦੇ ਨੇ। ਅਕਸਰ ਮੈਂ ਆਪਣੀ ਵੀਡੀਓਸ ਬਾਅਦ 'ਚ ਅਗਰ ਰਿਕਾਰਡਿੰਗ ਦੇਖਣੀ ਹੈ ਨਾ, ਫਿਰ ਟਾਈਮ ਇੰਨਾ ਨਹੀਂ ਹੁੰਦਾ ਠੀਕ ਕਰਾਂ, ਮੈਂ ਗਲਤ ਹੀ ਕਹਿ ਜਾਂਦੀ ਹਾਂ ਲਫ਼ਜ਼। ਤਾਂ ਲਓ ਜੀ ਯੰਮੀ ਯੰਮੀ ਸਾਡੀ ਗੋਭੀ ਦਾ ਸਾਲਨ ਤਿਆਰ ਹੈ, ਬੰਦ ਗੋਭੀ ਔਰ ਅੰਡੇ। ਅਤੇ ਹੁਣ ਤੁਸੀਂ ਵੀ ਅਗਰ ਟਰਾਈ ਕਰਨਾ ਚਾਹੋ ਤਾਂ ਜ਼ਰੂਰ ਟਰਾਈ ਕਰਿਓ,
ਕਿ ਵੀ ਬਹੁਤ ਤਾਰੀਫਾਂ ਸੁਣੀਆਂ ਨੇ ਇਹਦੀਆਂ, ਉਹ ਵੀ ਇੱਕ ਚਮਚ ਤਾਂ ਖਾਲਾ ਚੱਖ ਸਕਦੀ ਹਾਂ ਨਾ ਇਹਦਾ, ਤਾਂ ਚਲੋ ਠੀਕ ਹੈ ਅਸੀਂ ਇੱਕ ਚਮਚ ਚੱਖਦੇ ਹਾਂ। ਸਟੈਂਡ ਨੂੰ ਮੈਂ ਇੱਥੇ ਖੜਾ ਕੀਤਾ ਭਾਵੇਂ ਆ ਕੇ ਨਾ ਇਹਦੇ ਉੱਤੇ ਡਿੱਗ ਪਵੇ, ਤਾਂ ਚਲੋ ਜੀ ਅਸੀਂ ਟਰਾਈ ਕਰਕੇ ਦੇਖਦੇ ਹਾਂ ਕੈਸਾ ਵੀ। ਗਰਮ ਗਰਮ ਬਹੁਤ ਹੈ, ਫੂਕ ਮਾਰ ਲੈਂਦੇ ਹਾਂ। ਪਹਿਲੇ ਜ਼ਮਾਨੇ 'ਚ ਫੂਕਾਂ ਮਾਰ ਕੇ ਚਾਹ ਪੀਤੀ ਜਾਂਦੀ ਸੀ, ਅਤੇ ਹੁਣ ਡਾਕਟਰ ਕਹਿੰਦੇ ਨੇ ਵੀ ਕਦੀ ਤੁਸੀਂ ਫੂਕ ਨਾ ਮਾਰੋ ਉਹਦੇ ਚੀਜ਼ ਵਿੱਚ, ਪਰ ਅਸੀਂ ਤਾਂ ਫੂਕਾਂ ਮਾਰ ਮਾਰ ਕੇ ਚਾਹ ਪੀਂਦੇ ਹੁੰਦੇ ਸਾਂ। ਤਾਂ ਲਓ ਬਈ ਇਹ ਦੇਖ ਲਓ ਅਸੀਂ ਖਾਣ ਲੱਗੇ ਜੇ। ਜ਼ਬਰਦਸਤ, ਇੰਨੀ ਚੰਗੀ ਬਣੀ ਹੈ ਨਾ, ਓਏ ਹੋਏ 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 ਜ਼ਬਰਦਸਤ। ਮੈਂ ਸ਼ਾਜ਼ੀਆ ਨੂੰ ਸਪੈਸ਼ਲ ਥੈਂਕਸ ਕਹਾਂਗੀ ਕਿ ਜਿਹਨੇ ਇੰਨੀ ਚੰਗੀ ਮੈਨੂੰ ਰੈਸਪੀ ਦੱਸੀ ਕਿ ਮੈਨੂੰ ਮਜ਼ਾ ਆ ਗਿਆ। ਯਕੀਨ ਕਰੋ ਇੱਕ ਮੈਂ ਚਮਚ ਖਾਧਾ ਵੇ, ਉਹ ਕਹਿੰਦੇ ਨਾ ਦੇਗ ਵਿੱਚੋਂ ਤੁਸੀਂ ਦੋ ਚਾਰ ਦਾਣੇ ਦੇਖਦੇ ਹੋ, ਚੱਖਦੇ ਹੋ ਤਾਂ ਅੰਦਾਜ਼ਾ ਹੋ ਜਾਂਦਾ ਕਿ ਦੇਗ ਕੈਸੀ ਪੱਕੀ ਹੈ। ਅਤੇ ਵੀ ਬੜੀ ਜ਼ਬਰਦਸਤ ਬਣੀ ਹੈ, ਤਾਂ ਹੁਣ ਅਸੀਂ ਬਣਾਵਾਂਗੇ ਰੋਟੀ। ਮਾਂ ਬਦੌਲਤ ਇੱਕ ਰੋਟੀ ਬਣਾਉਣਗੇ, ਅਤੇ ਫਿਰ ਅਸੀਂ ਖਾਵਾਂਗੇ ਖਾਣਾ, ਅਤੇ ਤੁਹਾਡੇ ਨਾਲ ਮਿਲਾਂਗੇ ਕੱਲ੍ਹ, ਅਤੇ ਇਨਸ਼ਾਅੱਲਾ ਫਿਰ ਮੁਲਾਕਾਤ ਹੋਏਗੀ। ਕਮੈਂਟ ਕਰਨਾ ਨਾ ਭੁੱਲਿਓ ਕਿ ਤੁਹਾਨੂੰ ਇਹ ਜਿਹੜੀ ਜੋ ਕੋਈ ਦੇਖੇ ਕਿ ਤੁਹਾਨੂੰ ਹਾਂਡੀ ਕੈਸੀ ਲੱਗੀ, ਅਤੇ ਚੀਤੀ ਨੂੰ ਜਵਾਬ ਦੇ ਦਿਓ। ਚੀਤਾ ਪ੍ਰਿੰਟ ਪਾ ਕੇ ਜਿਹੜੀ ਚੀਤੀ ਜਿਹੜੀ ਤੁਹਾਡੇ ਨਾਲ ਖਿਤਾਬ ਕਰ ਰਹੀ ਹੈ ਨਾ ਅੱਜ, ਉਹਨੂੰ ਜਵਾਬ ਜ਼ਰੂਰ ਦਈਓ। ਅਤੇ ਇਸ ਤਰ੍ਹਾਂ ਕੀ ਕਹਿੰਦੇ ਨੇ ਫਿਰ ਮੇਰਾ ਤੁਹਾਡਾ ਤਾਲੁਕ ਬਣਦਾ ਵੀ ਇੱਕ, ਅਤੇ ਅਸੀਂ ਫਿਰ ਕੀ ਕਹਿੰਦੇ ਨੇ ਗੱਪਸ਼ਪ ਕਰਨ 'ਚ ਸਾਡਾ ਅੱਛਾ ਟਾਈਮ ਗੁਜ਼ਰਦਾ ਵੀ। ਦੇਖ ਲਓ ਬਾਰਿਸ਼ ਹਲੇ ਵੀ ਜਾ ਰਹੀ ਹੈ, ਅਤੇ ਬਈ ਬੜਾ ਮੌਸਮ ਖਤਰਨਾਕ ਹੋ ਰਿਹਾ ਵੇ, ਅਤੇ ਕੋਈ ਗੱਲ ਨਹੀਂ ਹੁੰਦਾ ਰਿਹਾ ਖਤਰਨਾਕ। ਅਸੀਂ ਤਾਂ ਅੰਦਰ ਬੈਠੇ ਹਾਂ, ਅਸੀਂ ਤਾਂ ਹੀਟਰ ਚਲਾ ਲੈਣਾ ਵੀ ਹੁਣੇ, ਅਤੇ ਆਪਣੇ ਆਰਾਮ ਨਾਲ ਬਹਿ ਕੇ ਰੋਟੀ ਖਾਣੀ ਹੈ। ਅਤੇ ਫਿਰ ਮਿਲਦੇ ਹਾਂ ਤੁਹਾਡੇ ਨਾਲ, ਅੱਲਾ ਹਾਫਿਜ਼ ਅਤੇ ਰੱਬ ਰਾਖਾ।